ਨਾਲੀ ਸਰਦਾਰ ਕਾਲਾ ਸਿੰਘ ਕਬੱਡੀ ਦਾ ਪ੍ਰਧਾਨ ਵੀ ਉਹਦਾ ਬੋਲ ਰੋਹਨ ਗਿੱਠੇਵਾਲ ਨੂੰ ਹੁੰਦਾ ਉਹਨੂੰ ਸੁਣ ਨਹੀਂ ਹੱਲਦੇ ਕਿਰਪਾ ਕਰਕੇ ਟ੍ਰੈਕ ਤੇ ਪਹੁੰਚੇ ਕਿਉਂਕਿ ਟੈਂਕੀ ਭਰਤੀਆਂ ਲਾਉਣੀਆਂ ਤਾਸ਼ ਕਰਾਉਣ ਵੀ ਜਲਦੀ ਨਾ ਮੈਚ ਖੋਲ ਕੇ ਟਿਕਾਣੇ ਅੱਡ ਆਉਣਗੇ ਮੈਚ ਖੋਲ ਕੇ ਟਿਕਾਣੇ ਅੱਡ ਆਉਣਗੇ ਪਤਾ ਲੱਗ ਜੂ ਕਿੰਨਾ ਕੁ ਠੋਕਾ ਪਾਣੀ ਖੁੰਡੀਆਂ ਦੇ ਸਿੰਘ ਫਸ ਗਏ ਜਿੰਦਰ ਬੜੇ ਮਿਖਾਣੀ ਖੁੰਡੀਆਂ ਦੇ ਸਿੰਘ ਫਸ ਗਏ ਆ ਬੜੇ ਮਿਖਾਣੀ ਨੇ ਜਿੰਦਰ ਨਾਲ ਆ ਰੋਦੋ ਨੇ ਟੀਮ ਵਧੀਆ ਆ ਸੋਨੂ ਨੂੰ ਬੇਨਤੀ ਹੈ ਕਿ ਟਰੈਕਟਰ ਅੱਗੇ ਕਰ ਦੇ ਟੈਂਕੀ ਦੇ ਚਿੱਕੜ ਵਾਲਾ ਹੋ ਜਾਣਾ ਉਹ ਖਾ ਲਾਇਆ ਵਾ ਕੇ ਲਾਇਆ ਸ਼ੁਰੂ ਕਰੋ ਜੀ ਜਲਦੀ ਨਾਲ ਕਿਉਂਕਿ ਦਰਸ਼ਕ ਬੇਸਬਰੀ ਤੋਂ ਉਡੀਕ ਕਰ ਰਹੇ ਇਸ ਮੈਚ ਦੀ ਔਰ ਜਿਹੜੀ ਟੀਮ ਸ਼ੀਨੀ ਵਾਲੀ ਚਲੀ ਗਈ ਹੈ ਸੜਕ ਵਾਲੇ ਪਾਸੇ ਸਾਡੇ ਪਿੰਡ ਦੀ ਟੀਮ ਹੈ ਮੇਜ਼ਬਾਨ ਟੀਮ ਦੋ ਨੰਬਰ ਗਰਾਊਂਡ ਵਾਲੇ ਪਾਸੇ ਸਾਢੇ ਪੰਦਰਾਂ ਸੋਲਾਂ ਅੱਜ ਪਤਾ ਲੱਗ ਵੀ ਕਿਹਨੇ ਖੁੰਡਾਂ ਤੇ ਬਹਿ ਕੇ ਗੱਪ ਮਾਰੇ ਹੈ ਤੇ ਕਿੰਨਾ ਮਿਹਨਤਾਂ ਮਾਰੀ ਹੈ ਜੱਸਾ ਰਾਮਗੜ੍ਹ ਪਿੰਡ ਦਾ ਇੱਕ ਵੱਡੀ ਪੰਡ ਦੇ ਲਈ ਵਾਧਾ ਹੋਵੇ ਨਾਜਪੁਰ ਉਹਨਾਂ ਦਾ ਪਿੰਡ ਹੈ ਸੰਦੀਪ ਦਾ ਮਾਨ ਸਨਮਾਨ ਹੋਣਾ ਕੱਲ੍ਹ ਉਸ ਕਬੱਡੀ ਟੂਰਨਾਮੈਂਟ ਦੇ ਔਰ ਸਾਹਮਣੇ ਕਹਿੰਦੇ ਵੀ ਗਬਰੂ ਵੱਧ ਕੇ ਖੁਸ਼ੀ ਕਰਦਾ ਹੋਇਆ ਮਾਣ ਕੇ ਆਵੇ ਵੀ ਚੱਤ ਬਣਾਈ ਪਿੰਡ ਵਾਲਾ ਜਾਫੀ ਹੈ ਇੱਕ ਵਾਰੀ ਜੇ ਦਾ ਤਾਲੀ ਮਾਰ ਦੀ ਜੋ ਤਾਲੀਆਂ ਮਾਰ ਦਿਓ ਮਾਣ ਕੇ ਕਹਿੰਦੇ ਮੇਰੇ ਕੋਲ ਸਿਰੇ ਦਾ ਆ ਗਈ ਹੈ ਆ ਵੀ ਨਵੀਆਂ ਦਾ ਇੱਕ ਬੰਡੀ ਆ ਵੀ ਕਹਿੰਦੇ ਵੀ ਮਾਣ ਕੇ ਕਹਿੰਦੇ ਇੱਕ ਕਲੀਆਂ ਦਾ ਬਾਦਸ਼ਾਹ ਹੋਇਆ ਬਾਦ ਖੁੰਦੀ ਆ ਮਾਰ ਇੱਕ ਉਹ ਮੇਰੇ ਵੀ ਜੋ ਮਾਣਕ ਦੀ ਗੱਲ ਕੀਤੀ ਨਾਰੀਅਲ ਦਾ ਜੱਸਾ ਇਹ ਵੀ ਚੰਦ ਬਣਾਉਣਾ ਪਿੰਡ ਦਾ ਗੁਰੂ ਜਫਰਾ ਹਿਮਾਸ਼ੀਆ ਦੀ ਟੀਮ ਨੇ ਸ਼ਿੰਦਾ ਕਮੇਟੀਆਂ ਦੇ ਵੱਲੋਂ 100 ਰੁਪਇਆ ਉਹਨਾਂ ਨੂੰ ਇਨਾਮ ਵਜੋਂ ਭੇਜਿਆ ਗਿਆ ਜੱਸਾ ਇਹ ਦੇ ਸੁਣੋ ਜੀ ਇੱਕ ਮਾਸ਼ੀਆ ਵੱਲੋਂ ਜੱਸਾ ਵੀ ਕਬੱਡੀ ਪਾਵੇਗਾ ਕਿਉਂਕਿ ਦੋ ਸਰਨਾਮੀ ਹੋ ਗਏ ਹੈ ਪਰ ਆ ਜੱਸਾ ਚੰਦ ਬਣਾਉਣੇ ਵਾਲਾ ਹੈ ਤੇਜ਼ ਹੀ ਬੜਾ ਮੁੰਡਾ ਮੁੰਡਾ ਪੂਰਾ ਤੇਜ਼ ਹੈ ਆ ਵੀ ਨਾਰੀਅਲ ਦਾ ਕਹਿੰਦਾ ਮਾਰਦਾ ਬਾਲੇ ਖੂਨ ਪਾਸੇ ਹਟ ਜਾਓ ਮਾਰਦਾ ਬਾਲੇ ਖੂਨ ਪਾਸੇ ਹਟ ਜਾਓ ਧਾਵਾ ਦੇ ਨਾਲ ਚੜ ਜਾਓ ਪਾਸਾ ਵੱਟ ਜਾਓ ਬੇਰੀਆਂ ਦੇ ਫੱਟ ਲੂਣ ਟੁੱਕੜਾ ਜ਼ਰੂਰ ਹੈ ਦਿਲ ਵਿੱਚ ਅੱਜ ਦੀ ਸ਼ਰਧਾ ਨਹੀਂ ਕੱਪ ਜਿੱਤਣਾ ਜ਼ਰੂਰ ਹੈ ਕੱਪ ਜਿੱਤਣਾ ਜ਼ਰੂਰ ਹੈ ਬਾਹਰ ਹੋ ਜਾਂਦਾ ਔਰ ਸਾਹਮਣੇ ਮਾਸ਼ੀ ਕਹਿਣ ਵਾਲੇ ਗੁਰੂ ਕੋਸ਼ਿਸ਼ ਕਰਦਾ ਹੈ ਨਾ ਦੱਸਦੀ ਵੀ ਗੁਰੂ ਦਾ ਕੀ ਹੈ ਪਰ ਨਾ ਦੱਸਦੀ ਫਿਰ ਨਹੀਂ ਉਹ ਹੋ ਜਾਂਦਾ ਨਹੀਂ ਉਹ ਹੋ ਜਾਂਦਾ ਕਬੱਡੀ ਬੜੀ ਸੋਹਣੀ ਪਾਉਂਦਾ ਸਰੀਰ ਦੇ ਵਿੱਚ ਗੱਭਰੂ ਦੇ ਇੱਥੋਂ ਪਤਾ ਲੱਗਦਾ ਵੀ ਪੂਰੀ ਅੰਗ ਅੰਗ ਦੇ ਵਿੱਚ ਸ਼ਤਾਨੀ ਹੈ ਕਿਉਂਕਿ ਜਿਹੜੇ ਨੌਜਵਾਨਾਂ ਦੇ ਅੰਗ ਅੰਗ ਵਿੱਚ ਸ਼ਤਾਨੀ ਹੁੰਦੀ ਹੈ ਇੱਕਦਮ ਨਾਲ ਜ਼ਰੂਰ ਚਮਕਾਉਂਦੇ ਆਪਾਂ ਵੀ ਨੌਜਵਾਨ ਕਬੱਡੀ
ਆਕੀਪਾ ਆਸ਼ਨਾ ਟੀਮ ਦਾ ਜੋ ਪੁਆਇੰਟ ਲੈ ਕੇ ਆਇਆ ਸੀ ਸ਼ਿੰਦੇ ਕਮੇਟੀ ਦੇ ਵੱਲੋਂ ਇਹਨਾਂ ਨੂੰ 100 ਰੁਪਇਆ ਇਨਾਮ ਭੇਜਿਆ। ਬਾਕੀ ਨਵੀਆਂ ਦਾ ਇੱਕ ਵੱਡੀ ਔਰ ਜਿੱਥੇ ਸੋਨੀ ਉਹਨਾਂ ਨੇ ਮਾਨ ਸਨਮਾਨ ਕਰਨਾ ਹੈ, ਪਰ ਇਹਨੂੰ ਦੇਖਦਾ ਵੀ ਨਵੀਆਂ ਨੂੰ ਵੱਧ ਕੇ ਕੋਸ਼ਿਸ਼ ਕਰਦਾ ਹੈ, ਬੱਚਾ ਲੰਮਾ ਕਰਦਾ ਕਰੂਗਾ, ਪਰ ਸਾਹਮਣੇ ਤਾਂ ਅਭੀ ਵੀ ਬਹੁਤ ਹੀ ਸਿਰੇ ਦਾ ਖਿਡਾਰੀ ਹੈ, ਪਰ ਘਰੋਂ ਬਾਹਰ ਹੋ ਗਿਆ ਨਵੀਆਂ ਦਾ। ਦਲਜੀਤ ਲਾਲ ਕਲਾ ਪਿੰਡ ਦਾ ਦੱਸਿਆ ਵੀ ਇਹ ਜਿਹੜਾ ਤਾਬੀ ਦੇ ਸ਼ੁਰੂ ਹੋ ਗਿਆ। ਆ ਵੀ ਦੱਸਿਆ ਕਬੱਡੀ ਆ ਕਾਫੀ ਲੰਬੇ ਸਮੇਂ ਬਾਅਦ ਕਬੱਡੀ ਪਾਉਣ ਲੱਗਿਆ ਜੱਸਾ ਨਵੀਆਂ ਦਾ। ਆਪਾਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਵੀ ਨਵੀਆਂ ਨੂੰ ਫਿਰ ਨੰਬਰਾਂ ਦੇ ਵਿੱਚ ਆ ਜਾਵੇ ਜੱਸਾ ਆਸ਼ੀ ਕੇ ਪਿੰਡ ਦਾ ਕਬੱਡੀ ਪਾਉਣ ਲੱਗੇ। ਔਰ ਜੱਸਾ ਕਹਿੰਦੇ ਵੀ ਜਿੰਨੀ ਨਿਰਭਰਤਾ ਸਮਾਜਾਂ ਦੇ ਵਿੱਚ ਹੈ ਉੱਥੇ ਸਾਰਾ ਵੀ ਚੰਗਾ ਗੱਭਰੂ ਹੈ, ਪਰ ਇੱਧਰ ਮੈਨੂੰ ਲੱਗਦਾ ਵੀ ਛੀਨੀ ਵਾਲੀ ਹੈ ਕੋਸ਼ਿਸ਼ ਕਰਦਾ ਹੈ। ਆਹ ਦੋ ਤਾੜੀਆਂ ਦੋਸ਼ੀ ਵੀ ਆਹ ਹੋ ਗਿਆ ਔਰ ਆ ਵੀ ਜੱਸੇ ਕਬੱਡੀ ਆ ਜੱਸੇ ਨੂੰ ਸਿੰਧਾ ਕਮੇਟੀ ਦੇ ਵੱਲੋਂ 100 ਰੁਪਏ ਦਾ ਇਨਾਮ ਭੇਜਿਆ ਜੱਸਾ ਕਦੇ ਸਾਡੀ ਵੀ ਕਬੱਡੀ ਜਦੋਂ ਸਿਰੇ ਚੜੂਗੀ ਨਾ ਲਾ ਕੇ ਜਾਫੀ ਪਰ ਸੁੱਟਣਾ ਜ਼ਰੂਰ ਹੈ। ਦਿਲ ਵਿੱਚ ਅੱਜ ਇੱਛਾ ਧਾਰੀ ਕਹਿੰਦੇ ਵੀ ਕੱਪ ਜਿੱਤਣਾ ਜ਼ਰੂਰ ਹੈ, ਦਿਲ ਵਿੱਚ ਇੱਛਾ ਧਾਰੀ ਜਿੱਤਣਾ ਕੱਪ ਜ਼ਰੂਰ ਹੈ, ਔਰ ਕੱਪ ਜ਼ਰੂਰ ਜਿੱਤਣਾ ਬਿੰਦੂ ਦੀ ਗੱਲ ਲਿਖਦੀ ਹੈ। ਔਰ ਸਾਹਮਣੇ ਕਹਿੰਦੇ ਨਾਲੀਆਂ ਜੱਸਾ ਚੱਤ ਬਣਾਉਣੇ ਵਾਲੇ ਕੱਪੜੇ ਕਬੱਡੀ ਪਾ ਰਿਹਾ ਹੈ, ਕਿਉਂਕਿ ਤਿੰਨ ਖਿਡਾਰੀ ਕਬੱਡੀ ਦੇ ਮੈਦਾਨਾਂ ਵਿੱਚ ਖੇਡ ਰਹੇ ਹੈ, ਕਿੱਧਰ ਵੀ ਨੇਤਾ ਜੱਸਾ ਔਰ ਦੂਸਰੇ ਬੰਨੇ ਦੋ ਜੱਸੇ ਖੇਡ ਰਹੇ ਹੈ ਮਾਸ਼ੀ ਕੇ ਸਾਥੋ, ਔਰ ਸਾਹਮਣੇ ਕਬੱਡੀ ਮਾਦਰ ਪੇ ਨਾਲੀਆਂ ਦੇ ਔਰ ਗਰਮੀ ਚਾਰ ਜਾਫੀ ਹੈ ਔਰ ਚਾਰਿਆਂ ਜਾਫੀਆਂ ਦੇ ਵਿੱਚੋਂ ਮਾਣਕ ਚੰਦ ਬਰਾੜੇ ਪਿੰਡ ਵਾਲਾ ਕੰਨੀ ਤੇ ਆ ਗਿਆ, ਪਰ ਸੇਨੇ ਤੋਂ ਉਹਨੇ ਖਾਤਾ ਨਹੀਂ ਖੋਲਿਆ ਨੌਜਵਾਨ। ਕੱਲ ਮੇਰਾ ਵੀ ਮਾਨ ਸਨਮਾਨ ਇਸ ਕਬੱਡੀ ਕੱਪ ਦੇ ਸ਼ੇਵਾ ਮਾਸ਼ੀਆਂ ਵਾਲਾ ਕੰਨੀ ਤੇ ਹੈ ਬਾਹਰ ਨੌਜਵਾਨ ਕੱਦ ਪੁੱਤੇ ਛੋਟਾ ਮਾਦਾ ਪੁੱਤੇ ਕਬੱਡੀ ਦੇ ਖੇਡ ਪਦਾਰਥਾਂ ਦਾ ਹੀਰੋ ਹੈ, ਹੀਰੋ ਮੇਰੇ ਵੀ ਖੇਡ ਪਦਾਰਥ ਦੇ ਵਿੱਚ ਬਾਹਰ ਦੀ ਸ਼ੇਰ ਦਾ ਖਿਡਾਰੀ ਬਣ ਗਿਆ, ਕਦੇ ਫੜਦਾ ਹੈ ਪੱਟ ਕਦੇ ਮਾਰਦਾ ਹੈ ਕੈਂਟ, ਸੇਵਾ ਮਾਸ਼ੀਆਂ ਬੜਾ ਦਿੰਦਾ ਚੰਗੇ ਚੰਗੇ ਧਾਰੀਆਂ ਹੁਣ ਤੱਕ ਜਿੱਦਾਂ ਚੰਗੇ ਚੰਗੇ ਧਾਰੀਆਂ ਹੁਣ ਤੱਕ ਉਹਨਾਂ ਨੂੰ ਨਾਮ ਭੇਜਿਆ।
ਦਾਨੀ ਧਨਾਲਾ ਤੇ ਜੈ ਸਿੰਘ ਵਾਲਾ ਨੀਮਾ ਸਿੰਘ ਕੱਟਣ ਲੱਗੇਗੇ। ਧਨਾਲਾ ਤੇ ਜੈ ਸਿੰਘ ਵਾਲਾ ਔਰ ਖਾਈ ਪੱਤੋ ਦੇ ਨਾਲ ਖੇਡਣਾ ਹੈ, ਦੋਨੇ ਨੀਮਾ ਆ ਜਾਣ। ਖਾਈ ਤੇ ਪੱਤੋ ਦੀਪ ਸਿੰਘ ਦਾ ਮੈਚ ਹੋਣਾ ਹੈ, ਗਾਜੀਆਂ ਨੂੰ ਫੀਡ ਰਹੋਗੇ। ਮਹਿਰਾ ਦਾ ਮੈਚ ਜਿਹੜਾ ਸੁਨੀਰਗੜ੍ਹ ਦੇ ਨਾਲ ਹੋਣਾ, ਇਹ ਟੀਮਾਂ ਜਲਦੀ ਨਾਲ ਆ ਜਾਣ। ਔਰ ਨਾਲੀ ਸਹਾਰ ਦਾ ਮੈਚ ਦੀਨਾ ਸਾਹਿਬ ਦੇ ਨਾਲ ਰਸ਼ੀਦ ਸਰਦ ਤੇ ਹਿੰਮਤਪੁਰ, ਇਹ ਸਾਰੀਆਂ ਟੀਮਾਂ ਜਲਦੀ ਨਾਲ ਕਬੱਡੀ ਦੇ ਮੈਦਾਨ ਵਿੱਚ ਆ ਜਾਣ। ਨਾਲ ਸਾਹਮਣੇ ਪੈਂਦੀ ਹੋਈ ਕਬੱਡੀ ਹੈ ਜੈ ਸਿੰਘ ਵਾਲਾ ਔਰ ਧਨਾਲੇ ਦੀਆਂ ਟੀਮਾਂ ਨੂੰ ਅਸੀਂ ਵਾਰ ਵਾਰ ਟ੍ਰਾਂਸਮਿਟ ਕਰ ਰਹੇ ਹਾਂ, ਜਲਦੀ ਨਾਲ ਕਬੱਡੀ ਦੇ ਮੈਦਾਨ ਵਿੱਚ ਆ ਜਾਣ ਧਨਾਲਾ ਤੇ ਜੈ ਸਿੰਘ ਵਾਲਾ। ਔਰ ਜੱਸੇ ਦੀ ਕਬੱਡੀ ਪੈਂਦੀ ਹੈ, ਨਾਲੀ ਪੱਤੀ ਦੀਪ ਸਿੰਘ ਵਾਲੇ ਦਾ ਮੈਚ ਹੋਣਾ ਹੈ, ਉਹ ਖਾਈ ਦੇ ਨਾਲ ਜਲਦੀ ਨਾਲ ਬਾਹਰ ਸੇਮੇ। ਅੱਜ ਗੁਰੂ ਨਾਨਕ ਦੀ ਸੇਵਾ ਕਰ ਰਹੇ ਆਪਣੇ ਪਿੰਡ ਦੇ ਵਿੱਚ। ਸੇਮੇ ਨੇ ਜਫਰਾ ਜੀ ਸੇਮੇ ਨੂੰ ਸਦਾ ਕੇ ਦੇਣੇ ਨੇ 100 ਰੁਪਇਆ ਨਾਮ ਭੇਜਦੇ ਆ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਾਕੀ ਵੀ ਸੇਵਾ ਵਾਸਤੇ ਦੇ ਖਿਡਾਰੀਆਂ ਪਰ ਕੀਪਾ ਵੀ ਆਪੇ ਲੈ ਕੇ ਵਾਪਸ ਆਉਂਦਾ ਹੈ। ਹਰ ਕੋਈ ਜਵਾਨੀ ਦਾ ਹੈ ਮਾਣ ਕਰਦਾ, ਹਰ ਕੋਈ ਜਵਾਨੀ ਦਾ ਹੈ ਮਾਣ ਕਰਦਾ, ਨਸ਼ੇ ਕਰ ਜ਼ਿੰਦਗੀ ਖਰਾਬ ਕਰਦਾ। ਸੋਚਦਾ ਹੈ ਮੇਰੇ ਜਿਹਾ ਨਹੀਂ ਕੋਈ ਜੰਮੇ ਹੈ, ਸੋਚਦਾ ਹੈ ਮੇਰੇ ਜਿਹਾ ਨਹੀਂ ਕੋਈ ਜੰਮੇ ਹੈ। ਪੈਰਾਂ ਵੱਲ ਫਿੱਟੂ ਫਿੱਕ ਤਾਂ ਤਾਂ ਤੋੜਦਾ ਹੈ, ਕਿਉਂਕਿ ਹਰੇਕ ਨੂੰ ਮਾਣ ਹੁੰਦਾ ਹੈ, ਆਪਣੇ ਤੇ ਹਕੂਕ ਹੁੰਦਾ ਹੈ। ਪਰ ਸਾਹਮਣੇ ਕਾਕਾ ਕਾਕਾ ਦੇ ਵੀ ਆ ਗੁਰੂ ਦੇ ਵੀ ਨਾਮ ਦਾ ਤਾੜੀਆਂ ਮਾਰੋ, ਮਾਸੀ ਕੇ ਮਾਰੋ ਤਾੜੀ ਨਹੀਂ ਮਾਰੋ ਯਾਰ, ਕਿਉਂਕਿ ਇਹ ਵੀ ਸਿਰਾ ਕਰ ਰਹੇ ਕਬੱਡੀ ਦੇ ਮੈਦਾਨਾਂ ਵਿੱਚ। ਧਨਾਲਾ ਤੇ ਜੈ ਸਿੰਘ ਵਾਲਾ, ਧਨਾਲੇ ਦੀ ਟੀਮ ਆ ਚੁੱਕੇ, ਜੈ ਸਿੰਘ ਵਾਲੇ ਦੇ ਨਾਲ ਮੈਚ ਹੈ, ਟੀਮਾਂ ਜਲਦੀ ਨਾਲ ਆਉਂਗੀ, ਕਿਉਂਕਿ ਬਾਅਦ ਦੇ ਵਿੱਚ ਤੁਸੀਂ ਟੀਮ ਕੱਟੀ ਜਾਂਦੀ ਹੈ ਕਬੱਡੀ ਦੇ ਨਾਲ ਕਰਦੇ ਹੈ। ਮਾਸ਼ੀ ਵਾਲੇ ਟੀਮ ਕੱਟੀ ਇਹ ਉਹ ਸਦਾ ਕਿ ਦੇ 100 ਰੁਪਇਆ ਨਾਮ ਦਿੰਦੇ ਆ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਦਾਨੀ ਬਾਈ ਸਿੱਧੇ ਉਨੀ ਕੈਨੇਡਾ ਵਿੱਚ ਬੈਠੇ ਹੈ, ਟਾਟਾ ਸਾਹਿਬ ਦੇ ਵਿੱਚ ਬੱਸੇ ਹੋਏ ਹੈ, ਔਰ ਸਿੱਧੇ ਵਰਗੇ ਨਾਮਿਆਂ ਨੂੰ ਇਸ ਕਬੱਡੀ ਟੂਰਨਾਮੈਂਟ ਦਾ ਨਾਇਬ ਤੈਨੇ ਕਰਕੇ ਦੇਖਦੇ ਹੈ। ਔਰ ਇਹਨਾਂ ਵੀਰਾਂ ਨੂੰ ਅਸੀਂ ਜੀਏ ਕਹਿੰਦੇ ਹਾਂ, ਕਿਉਂਕਿ ਕਬੱਡੀ ਦੇ ਨਾਲ ਜੁੜੇ ਹੋਏ ਹੈ। ਜੱਸਾ ਆਏ ਹਾਏ ਉਹ ਕਿੰਨੇ ਹੈ, ਗੱਭਰੂ ਦੀ ਕਮਾਲ ਕੀਤੀ ਹੋਈ ਉਹਦੀ, ਪਰ ਸਾਹਮਣੇ ਜੱਸਾ ਜੱਸਾ ਮੁੰਡਾ ਰੂਹੀ ਦੀ ਕਿੱਕਰ ਤੋਂ ਕਾਲਾ ਨਹੀਂ ਬਾਪੂ ਦੇ ਪਸੰਦ ਆ ਗਿਆ, ਮੁੰਡਾ ਬਾਕੀ ਕਮਾਲ ਦਾ ਜੱਸਾ ਨਾਮ ਕੜੀਆਂ। ਪਰ ਜੱਫਾ ਮੈਨੂੰ ਲੱਗਦਾ ਵੀ ਮੁੜਕ ਮੁੜ ਕੇ ਹੋਇਆ ਪਿਆ ਸਰੀਰ ਤੇ ਖੇਡ ਮੈਦਾਨ ਦੇ ਵਿੱਚ। ਡਾਕਟਰ ਕੇਵਲ ਸਿੰਘ ਨਵੇਂ ਮਾਸੀ ਦੇ
ਕਬੱਡੀ ਦੇ ਮੈਦਾਨ ਵਿੱਚ ਆ ਜਾਣਾ।
ਪਤਨੀ ਦੀਪ ਸਿੰਘ ਟੀਮ ਕਿਉਂ ਨਹੀਂ ਆ ਰਹੀ ਕਬੱਡੀ ਦੇ ਮੈਦਾਨ ਵਿੱਚ? ਜਲਦੀ ਨਾਲ ਟੀਮ ਆ ਕੇ ਪਤਨੀ ਦੀਪ ਸਿੰਘ ਦੀ ਟੀਮ ਨੂੰ ਸ਼ਿਮਾਰ ਬਾਦਸ਼ਾਹ ਦੇ ਪੁੱਤਰ ਦੇ ਰਹੇ ਹਨ, ਜਲਦੀ ਨਾਲ ਟੀਮ ਆਓ। ਅਸੀਂ ਧੰਨਵਾਦ ਕਰਦੇ ਹਾਂ ਹੁਣੇ ਹੁਣੇ ਸਾਨੂੰ ਮਾਤਾ ਰਾਜਦੀਪ ਰਾਜੂ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ, ਉਹਨਾਂ ਨੇ ਸਾਨੂੰ 1500 ਰੁਪਇਆ ਕਮੇਟੀ ਨੂੰ ਦਾਨ ਦਿੱਤਾ, ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਮਾਤਾ ਰਾਜਦੀਪ ਸਿੰਘ ਜੀ ਰਾਜੂ ਪਤਨੀ ਦੀਪ ਸਿੰਘ ਦੀ ਟੀਮ ਕਿਉਂ ਨਹੀਂ ਆ ਰਹੀ ਬਾਈ? ਜਾਂਦੀ ਆ ਟੀਮ ਅੱਗੇ। ਠੀਕ ਹੈ ਜੀ, ਬੈਚ ਸ਼ੁਰੂ ਦਾ ਹੋਣਾ ਹੈ, ਸਾਡੇ ਪ੍ਰਦੇਸੀ ਬੈਠੇ ਹੈ ਕਿਉਂਕਿ ਬੈਚਾਂ ਦਾ ਆਨੰਦ ਮਾਣਦੇ ਹਾਂ, ਗੱਲ ਪ੍ਰਦੇਸੀਆਂ ਦੇ ਬਿਲਕੁਲ ਢੁੱਕਦੀ ਕੀਤੀ ਹੈ, ਪਰ ਫਿਰ ਵੀ ਜਿਵੇਂ ਪ੍ਰਦੇਸੀ ਬੈਠੇ ਕਿਉਂਕਿ ਆਪਾਂ ਕਹਿੰਦੇ ਨੇ ਵੀ ਕੰਮ ਕਰਨਾ ਸੌਖਾ, ਪ੍ਰਦੇਸਾਂ ਦੇ ਵਿੱਚ ਕੋਈ ਸੌਖੇ ਬੈਠੇ ਹੈ, ਇਹ ਗੱਲ ਕਹਿਣ ਵੀ ਸੌਖੀ ਹੈ। ਕੰਮ ਕਰਦੇ ਨੇ ਨੱਕ ਦੁਖਦੇ, ਕੰਮ ਕਰਦੇ ਨੇ ਨੱਕ ਦੁਖਦੇ, ਤੇ ਕਈ ਕਿਸਮਤ ਖੁੱਟੀ ਹੈ, ਅਗਲੇ ਦਿਨ ਜਦ ਖਾਣੀ ਪੈਂਦੀ ਰਾਤ ਦੀ ਲੱਥੀ ਰੋਟੀ ਹੈ, ਲੋਕ ਸੋਚਦੇ ਉੱਥੇ ਪ੍ਰਦੇਸੀ ਬਾਹਲੇ ਸੌਖੇ ਨੇ, ਕਹਿਣਾ ਸੌਖਾ ਮਿੱਤਰ ਇੱਕ ਦੋ ਸੱਠ ਬਣਾਉਣੇ ਔਖੇ ਨੇ, ਕਹਿਣਾ ਸੌਖਾ ਇੱਕ ਦੋ ਸੱਠ ਬਣਾਉਣੇ ਔਖੇ ਨੇ। ਇਹ ਪ੍ਰਵਾਸੀਆਂ ਦੀ ਸ਼ੇਅਰ ਦੇਖਿਆ ਸੀ ਸਾਡੇ ਵੀਰਾਂ ਨੇ, ਔਰ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਸਾਡੀ ਜ਼ਿੰਦਗੀ ਦਾ ਮਿੱਤਰ ਰਜਿੰਦਰ ਧਾਲੀਵਾਲ ਪਰਿਵਾਰ ਦਾ, ਉਹ ਨਾਈਆਂ ਦੇ ਸ਼ੇਅਰ ਲਿਖੇ ਕਿਉਂਕਿ ਆਪਾਂ ਪ੍ਰਦੇਸੀਆਂ ਤੋਂ ਸੌਖੇ ਕਹਿੰਦੇ ਨੇ, ਪਰ ਸਾਹਮਣੇ ਨਾਈਆਂ ਤੋਂ ਫਿਰ ਕਬੱਡੀ ਪਾਉਣਾ ਫਿਰ ਔਰ ਚਾਹ ਜਾਫੇ ਦੇ ਵਿੱਚ ਉਹਨਾਂ ਦੇਖੀ ਵੀ ਦਰਜੀਤ ਕਰਨਾ, ਜਿੱਥੋਂ ਮਰਜੀ ਮੰਗਿਆ ਚੜਵਾ ਲਈ ਨੀ ਮਿੱਤਰਾਂ ਦਾ ਨਾਲ ਚੱਲਦਾ, ਔਰ ਗੁੱਟ ਖੜਿਆ ਤੇ ਗੱਲ ਅਧਰ ਸੁਣਨੀ ਬਣ ਗਈ ਹੈ, ਤਿੰਨ ਦਿਨ ਬਣ ਗਿਆ ਨਾਮ, ਨਾਮ ਤੇ ਮੌਕਾ ਬਣ ਗਿਆ ਜੀ, ਔਰ ਤਿਆਰੀ ਕਰ ਲੈਣ ਦੋਨੇ ਟੀਮਾਂ, ਔਰ ਸਵੇਰ ਦੇ ਬਾਅਦ ਜਿਹੜੇ ਅੱਜ ਕਬੱਡੀ ਦੇ ਖਿਡਾਰੀ ਦਿਖਾ ਰਹੇ ਆ, ਜਿਹੜੀਆਂ ਕੰਪਨੀਆਂ ਕਬੱਡੀ ਦੇ ਮੈਦਾਨ ਵਿੱਚ ਹੋਈਆਂ ਨੇ ਕੈਂਪ ਲਗਾਉਣ ਜਾਂਦੇ ਨਾਲ ਸਾਹਮਣੇ ਜਗਿੰਦਰ ਸਿੰਘ ਸਾਹਮਣੇ ਕਹਿੰਦੇ ਵੀ ਜਗਿੰਦਰ ਸਿੰਘ ਡੰਗਾ ਜਾ ਚੁੱਕੇ, ਪਤਨੀ ਦੀਪ ਸਿੰਘ ਤੇ ਖਾਈ ਦੀ ਵੀ ਤਿਆਰੀ ਕਰ ਲਵੇ, ਆਹ ਫੌਜੀਆਂ ਦਾ ਫੌਜੀ ਪੁੱਜਿਆ ਹੋਇਆ ਰੋਪੜ ਜ਼ਿਲ੍ਹੇ ਤੋਂ, ਤਹਿਦਰੋਂ ਧੰਨਵਾਦ ਕਹਿੰਦੇ ਬਾਈ ਹਰਪਾਲ ਸਿੰਘ, ਬਾਕੀ ਫੌਜੀ ਅੱਜ ਰੈਫਲ ਸਿੱਖ ਦੇ ਵਿੱਚ ਸਮਾਗਮ ਕਹਿੰਦੇ ਵੀ ਪੂਰੇ ਤਾਲ ਦੇ ਨਾਲ ਲਵਾ ਰਹੇ ਔਰ ਚਾਰ ਚਾਫੀਆਂ ਦੇ ਵਿੱਚ ਘੜਾ ਰੋਜ਼ ਨੇ, ਹਰ ਵਾਰ ਕਬੱਡੀ ਦੇ ਮੈਦਾਨ ਵਿੱਚ ਜਾਂਦੇ ਨਾਲ ਉਹ ਵੀ ਆ ਜਾਵੇ ਕਿਉਂਕਿ ਵੱਡੀਆਂ ਸਮਾਗਮਾਂ ਸੁਣਾ ਜਾਂਦੀਆਂ, ਸਿਰਕੇ ਨਾਲ ਉਸ ਗੁਰੂ ਦਾ ਪਿਆਰ ਹੈ, ਪਰ ਉਹ ਵੀ ਨਵੇਂ ਜਿੱਥੇ ਬਾਅਦ ਹੁੰਦਾ ਹੈ ਕਬੱਡੀ ਦੇ ਮੈਦਾਨ ਵਿੱਚ ਜਾਂਦਾ, ਦੱਸੀ ਜੀ ਕਿਹੜੇ ਪਾਸੇ ਆ ਤੁਸੀਂ, ਅੱਗੇ ਜਿਹੜਾ ਜੁੜ ਗਿਆ ਜਾਫੀਆਂ ਦੇ ਹਿੱਸੇ ਜੁੜੇ, ਆਹ ਵੀ ਨੌਜਵਾਨ ਦਾ ਤੂੰ ਚੋਟੀ ਦਾ ਜਾਫੀ ਮਿੱਤਰ, ਤੂੰ ਚੋਟੀ ਦਾ ਜਾਫੀ ਮਿੱਤਰ, ਅਸੀਂ ਲੱਤ ਕਿਸੇ ਨੂੰ ਫੜਨ ਨਹੀਂ ਦੇਣੀ, ਥਾਪੀ ਮਾਰੀ ਤੇ ਮਨਸੀ ਉੱਡ ਜਾਣਾ, ਖੋਤੀ ਬੋਰ ਥੱਲੇ ਨਹੀਂ ਬੈਠ ਦੇਣੀ, ਤੂੰ ਥਾਪੀ ਮਾਰੀ ਖੋਤੀ ਬੋਰ ਥੱਲੇ ਨਹੀਂ ਖੜ ਦੇਣੀ, ਸਾਡੀ ਸਾਡੀ ਗੱਡ ਦੇ ਵਿੱਚ ਕਿਤੋਂ ਵੱਜ ਸਿੱਧਾ ਧਾਲ ਕਰ ਨੂੰ ਤੇਰੀ ਜੜ ਦੇਣੀ, ਜਾਣਾ ਰਹੇ ਸਾਡਾ ਸੁਖਬੀਰ ਸਿੰਘ ਬਾਦਲ ਕਬੱਡੀ ਇਸ ਲਈ ਕਦੇ ਨਹੀਂ ਮਰਨ ਦੇਣੀ, ਜਾਣਾ ਰਹੇ ਸਾਡਾ ਸੁਖਬੀਰ ਸਿੰਘ ਬਾਦਲ ਉਹਨੇ ਕਬੱਡੀ ਨਹੀਂ ਕਦੇ ਮਰਨ ਦੇਣੀ, ਕਿਉਂਕਿ ਮੇਰੇ ਵੀ ਨਵੀਂ ਫਿਰਤ ਵਾਲੀ ਕਬੱਡੀ ਕੰਪਨ ਦੀ, ਤਾਂ ਹੀ ਹੁਣ ਕਬੱਡੀ ਕੰਪਾਂ ਦੇ ਵਿੱਚ ਗੱਲ ਬਣੀ ਹੈ, ਮਾਸ਼ੀਗਲ ਦਾ ਕਬੱਡੀ ਕੰਪਾਂ 'ਚ ਪੂਰੇ ਵਰਲਡ ਦੇ ਵਿੱਚ ਦਿਖਾਇਆ ਜਾ ਰਿਹਾ, ਇਹ ਕੱਪ ਦੇ ਵਿੱਚ ਚਰਚਾ ਹੋ ਰਹੀ ਹੈ, ਆਹ ਵੀ ਨਵੀਆਂ ਦਾ ਕਬੱਡੀ ਖੇਡ ਮੈਦਾਨ ਦੇ ਵਿੱਚ ਔਰ ਚੁੱਕੇ ਕਬੱਡੀ ਪਾਉਂਦਾ ਹੋਇਆ ਨਵੀਆਂ ਦੇ, ਔਰ ਟੀਮਾਂ ਜਿਵੇਂ ਜਿਵੇਂ ਸਿਖਾ ਦਿੰਦੇ ਉਸੇ ਤਰ੍ਹਾਂ ਜਾਂਦੇ ਨਾਲ ਵਜਨ ਹੋਏ ਹੋਏ ਆ ਟੀਮਾਂ ਦੇ, ਜੇ ਵਜੀ ਚੱਲਣਗੇ ਜਗਤਾਂ ਤੋਂ ਤੇ ਚੱਕ ਦੇ ਮੋਟਿਆਂ ਬੱਟਾਂ ਤੋਂ, ਲੜਦੇ ਆ ਖਾਲਾ ਫੜਦਾ ਤੋਂ, ਇਹ ਬੜੇ ਪਤਿੰਦਰ ਮਾੜੇ ਨੇ, ਰਾਤਾਂ ਨੂੰ ਧੁੱਪਾਂ ਛੇਕਦੇ ਦਿਨੇ ਦਿਖਾਉਂਦੇ ਤਾਰੇ ਹੈ, ਇਹ ਕੌਡੀ ਖੇਡਣ ਵਾਲੇ ਹੈ, ਇਹ ਕੌਡੀ ਖੇਡਣ ਵਾਲੇ, ਬਾਕੀ ਕੌਡੀ ਖੇਡਣ ਵਾਲੇ ਦਿਨੇ ਤਾਰੇ ਦਿਖਾਉਂਦੇ ਹੈ, ਕਿਉਂਕਿ ਕੌਡੀ ਖੇਡਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ, ਕਾਫੀ ਧਰਾਉਣੇ ਵਾਲੇ ਨੌਜਵਾਨ ਕਬੱਡੀ ਕਾਫੀ ਦੂਰ ਬਰਨਾਲੇ ਦੇ ਧਰਾਉਣਾ ਬਰਨਾਲਾ ਦੌੜਾ
ਤਰੰਦੇ ਦੇ ਖਿਡਾਰੀ ਵਿਸ਼ਵ ਦੇ ਕਾਲੇ ਵਰਗੇ ਹਰ ਜਗਤਾਰ ਦਾ ਨਾਮ ਆਉਂਦਾ ਤਰੰਦੇ ਦੇ ਹਰ ਰੁਕਾਂ ਦੇ ਲਈ ਕਬੱਡੀ ਫਿਰ ਤਰੰਦੇ ਵਾਲਾ ਦਰਜਨ ਪਾਦਾ ਔਰ ਸੇਵੀ ਨੇ ਦੱਸਿਆ ਵੀ ਕੱਲ੍ਹ ਜਿਹੜੇ ਮਾਨ ਸਨਮਾਨ ਹੋਣੇ ਆ ਸੇਵਾ ਕਬੱਡੀ ਖਿਡਾਰੀ ਨਾਲ ਹੀ ਸ਼ਿਵਰ ਦਾ ਮਾਨ ਸਨਮਾਨ ਹੋਣਾ ਮੈਂਬਰ
ਪੰਚ ਰਣਜੀਤ ਸਿੰਘ ਜੀ ਪਿਆ, ਸੁਰਜੀਤ ਸਿੰਘ ਜੀ ਸਿੱਧੂ, ਸੁਖਿੰਦਰ ਸਿੰਘ ਜੀ ਨੰਬਰਦਾਰ, ਅਮਰਜੀਤ ਸਿੰਘ ਜੀ ਧਾਲੀਵਾਲ, ਰਣਜੀਤ ਸਿੰਘ ਜੀ ਪੱਪੂ, ਪ੍ਰਕਾਸ਼ ਸਿੰਘ ਜੀ ਧਾਲੀਵਾਲ, ਕ੍ਰਿਸ਼ਨ ਸਿੰਘ ਸਿੱਧੂ, ਸੁਖਪ੍ਰੀਤ ਸਿੰਘ ਸੁੱਖੀ, ਸੁਹਾਗ ਸਿੰਘ ਸਾਬਕਾ ਪੰਚ, ਜਗਸ਼ੀਰ ਸਿੰਘ ਜੀ ਪਾਣੀ, ਜਗਸ਼ੀਰ ਸਿੰਘ ਜੀ ਧਾਲੀਵਾਲ, ਸਰਪੰਚ ਜਗਸ਼ੀਰ ਸਿੰਘ ਜੀ ਪਾਲਿਆ, ਮੌਜੂਦਾ ਪਿੰਡ ਦੇ ਸਰਪੰਚ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਗਣੇਸ਼ ਸਿੰਘ ਜੀ ਗਿਆਨੀ, ਭਾਗੂ ਸਿੰਘ ਪੰਚ, ਅਵਤਾਰ ਸਿੰਘ ਤਾਰਾ, ਏਕਾ ਵਾਲਾ ਗਾਜੀਗੜ੍ਹ ਦੇ ਵੀਰ ਲੋਕ ਜਲਦੀ ਨਾਲ ਆ ਜਾਣ, ਗਹਿਣਾ ਤੇ ਹਮੀਗੜ੍ਹ। ਹਾਂਜੀ ਬਲਵਿੰਦਰ ਸਿੰਘ ਜੀ ਧਾਲੀਵਾਲ, ਸੀਤਾ ਨੇਤਾ ਵਾਲਾ, ਬਲਰਾਜ ਸਿੰਘ ਜੀ ਰਾਜਾ, ਸੁਖਿੰਦਰ ਸਿੰਘ ਜੀ ਡੈਗ ਵਾਲਾ, ਸਵਰਗਵਾਸੀ ਆਗਮ ਸਿੰਘ ਸਿੱਧੂ, ਦਰਸ਼ਨ ਸਿੰਘ ਸਿੱਧੂ, ਸੁਖਿੰਦਰ ਸਿੰਘ ਸੇਖੋਂ, ਬਨਿਆਲ ਸਿੰਘ ਖਾਈਵਾਲ, ਸਵਰਗਵਾਸੀ ਨਿਹੱਤਰ ਸਿੰਘ ਜੀ ਧਾਲੀਵਾਲ, ਡਾਕਟਰ ਪਿਆਰਾ ਸਿੰਘ, ਸਾਰਾ ਪੰਚ, ਹੌਲਦਾਰ ਤਕਵਾਲ ਪੰਜਾਬ ਪੁਲਿਸ, ਜਲਦੀ ਨਾਲ ਕਮੇਟੀ ਦੇ ਮੈਦਾਨਾਂ ਦੇ ਲਾਗੇ ਆ ਜਾਣਾ। ਲੱਖ ਲੋਕੀਆਂ ਕੋਈ ਲੋਕੀਆਂ ਨਹੀਂ ਰਹਿ ਸਕਦਾ,
ਜਿਹੜਾ ਸਾਧ ਤੇ ਕਿਹੜਾ ਹੈ ਠੱਗ ਲੱਖੋ ਮੱਖਣ ਪ੍ਰਾਣ ਨੂੰ ਲੱਗਦੀ ਨੀ ਗੱਲ ਚੰਗੀ ਪੀਂਦੇ ਸਿਗਦਾ ਜੋ ਵੱਧ ਕੇ ਪੱਗ ਮਿੱਤਰੋ ਪੀਂਦੇ ਸਿਗਦਾ ਜੋ ਵੱਧ ਕੇ ਪੱਗ ਮਿੱਤਰੋ ਮੱਖਣ ਪ੍ਰਾਣ ਦੀ ਕਲਮ ਹੈ ਕਿਉਂਕਿ ਬਿਲਕੁਲ ਪੰਜਾਬੀਆਂ ਦੇ ਢੁੱਕਦੀ ਹੈ ਬਿਨਰ ਕੇ ਬੇਸਕ ਦੀ ਸਿੱਖ ਸਰਦਾਰ ਬਣੇ ਇਹਨਾਂ ਨੂੰ ਪਤਾ ਢੁੱਕ ਕੇ ਬੀੜੀਆਂ ਪੀਂਦੇ ਗੱਲੇ ਹੀ ਫੜੇ ਗਏ ਹੈ ਇਹ ਮੱਖਣ ਪ੍ਰਾਣ ਦੀ ਕਲਮ ਚੰਗੀ ਲਿਖੀ ਹੈ ਕਿਉਂਕਿ ਗੱਲ ਸਿਫਤ ਕਰਦਾ ਨਾ ਖਿਡਾਰੀਆਂ ਦੇ ਕੋਈ ਗੁੱਸਾ ਵੀ ਨਾ ਕਰ ਜਾਵੇ ਕਿਉਂਕਿ ਆਪਾਂ ਕਲਮਾਂ ਜਿਹੜੀਆਂ ਲਿਖਦੇ ਹਾਂ ਰੇਟਰ ਸੀ ਉਹੀ ਕਬੱਡੀ ਦੇ ਮੈਦਾਨਾਂ ਵਿੱਚ ਬੋਲਦੇ ਹੈ ਆਹ ਵੀ ਖਾਈ ਵਾਲੇ ਲਾ ਜਾਂਦਾ ਹੈ ਕਬੱਡੀ ਖੇਡ ਮੈਦਾਨ ਦੇ ਵਿੱਚ ਖਾਈ ਵਾਲੇ ਲਾ ਜਾਂਦੀ ਕਬੱਡੀ ਪੈਂਦੀ ਹੈ ਕਹਿੰਦੇ ਸੌਕਦਾ ਦੀ ਕੀ ਮੁੱਲ ਹੁੰਦਾ ਕਹਿੰਦੇ ਸੌਕਦਾ ਦੀ ਕੀ ਮੁੱਲ ਹੁੰਦਾ ਨਾ ਹੀ ਸੋਚ ਨੂੰ ਖੁੱਲਾਂ ਦੀ ਲੋੜ ਪੈਂਦੀ ਕਈ ਵਾਰੀ ਦਵਾਈ ਦੀ ਕੰਮ ਕਰਦੀ ਚੁੱਟਦੀ ਸੁਭਾਅ ਦੀ ਜ਼ਿੰਦਗੀ ਜੋੜ ਦਿੰਦੀ ਬਾਗਦੀ ਨਹਿਰ ਵਿੱਚ ਛੋਟਾ ਛੋਟਾ ਪਾੜ ਪੈ ਜੇ ਹੌਲੀ ਹੌਲੀ ਉਹ ਕੰਡੜੀ ਨੂੰ ਖੋਲ ਦਿੰਦੀ ਮੱਖਣ ਪ੍ਰਾਣਾ ਨਹੀਂ ਡਰਦਾ ਦੁਸ਼ਮਣਾਂ ਤੋਂ ਝਿੜਕੇ ਯਾਰ ਦੀ ਰੱਤ ਨਚੋੜ ਦਿੰਦੀ ਝਿੜਕੇ ਯਾਰ ਦੀ ਰੱਤ ਨਚੋੜ ਦਿੰਦੀ ਨਾਲ ਹੀ ਮਿਲ ਕੇ ਅਮੀਰ ਪਾਣੀ ਅਸੀਂ ਇਹਨਾਂ ਸੱਜਣਾਂ ਨੂੰ ਇਨਾਮ ਕਰਨੇ ਆ ਉਹਨਾਂ ਦੇ ਨਾਮ ਬੋਲਦੇ ਆ ਤੇ ਸਾਡੇ ਕਮੇਟੀ ਮੈਂਬਰ ਤੇ ਪ੍ਰਧਾਨ ਜੀ ਚੰਗੋਰ ਸਿੰਘ ਕਾਲਾ ਇਹ ਉਹਨਾਂ ਨੂੰ ਸਨਮਾਨ ਜਨ ਦੇਣਗੇ ਤੇ ਮੈਂ ਉਹਨਾਂ ਦੇ ਨਾਮ ਬੋਲੂੰਗਾ ਉਹ ਆ ਕੇ ਇੱਥੇ ਸਟੇਜ ਤੇ ਆ ਕੇ ਸਨਮਾਨ ਜਨ ਲੈ ਜਾਣਾ ਸਾਡੀ ਕਮੇਟੀ ਇਨਾਮ ਜਨ ਦੇਣਗੇ ਹਰਗੋਬਿੰਦ ਕੋਟ ਕਲੱਬ ਮਾਛੀ ਦੇ ਅਹੁਦੇਦਾਰ ਸਾਰੇ ਇੱਥੇ ਸਟੇਜ ਤੇ ਆ ਜਾਣਾ ਆਪਣਾਗੇ ਆਪਾਂ ਸਨਮਾਨ ਜਨ ਸ਼ੁਰੂ ਕਰ ਸਕੀਏ ਪਹਿਲਾਂ ਅਸੀਂ ਰਿਆਜ਼ ਦੇ 1100 ਵਾਲੇ ਨਾਮ ਬੋਲਾਂਗੇ ਜਿਵੇਂ ਜਿਵੇਂ ਅਸੀਂ ਨਾਮ ਬੋਲਾਂਗੇ ਜਿਹੜੇ ਵੀ ਲੇਟ ਨਾ ਹੋਣ ਕਿਰਪਾ ਕਰਕੇ ਸਟੇਜ ਤੋਂ ਆਪਦਾ ਸਨਮਾਨ ਚਿੰਨ੍ਹ ਪ੍ਰਾਪਤ ਕਰ ਲੈਣਾ ਸਭ ਤੋਂ ਪਹਿਲਾਂ ਜਸਵੀਰ ਸਿੰਘ ਜੀ ਬੜੈਕ ਪਹੁੰਚਣ ਉਸ ਤੋਂ ਮਗਰੋਂ ਉਹਨਾਂ ਦੇ ਨਾਲ ਹੀ ਪ੍ਰਿੰਸੀਪਲ ਗੁਰਜੀਤ ਸਿੰਘ ਜੀ ਜੋ ਕਿ ਆਪਣੇ ਸਕੂਲ ਦੇ ਵਿੱਚ ਮੌਜੂਦਾ ਡਿਊਟੀ ਕਰ ਰਹੇ ਨੇ ਦਰਸ਼ਨ ਸਿੰਘ ਜੀ ਟਰੱਕ ਵਾਲਾ ਪਰਿਵਾਰਕ ਮੈਂਬਰ ਚੰਡੀਗੜ੍ਹ ਦੇ ਵੀਰ ਰਹੋਗੇ ਗਿਆਰਾਂ ਤੇ ਹਮੀਰਗੜ੍ਹ ਦੀ ਟੀਮ ਤਿਆਰੀ ਕਰ ਲੈਣਾ ਜੰਡਸਰ ਸੌਰ ਤੇ ਦੀਨਾ ਸਾਹਿਬ ਹਿੰਮਤ ਭਰਾ ਇਹ ਤੇ ਰੂਪ ਸਿੰਘ ਇਹ ਸਾਰੀਆਂ ਟੀਮਾਂ ਤਿਆਰੀ ਕਰਕੇ ਸਟੇਜ ਦੇ ਬਿਲਕੁਲ ਸਾਹਮਣੇ ਆ ਜਾਣਾ ਇੱਕ ਮਿੰਟ ਵੀਰੇ ਰੋਡ ਕਰਦੇ ਖਾਈ ਦੀ ਟੀਮ ਚੱਲਦੇ ਹੋ ਮੈਂ ਜੋ ਵਿਨਰ ਆ ਵੀਰੇ ਖਾਈ ਦੀ ਟੀਮ ਔਰ ਨਾਲ ਹੀ
ਮੈਂ ਜਿਹੜਾ ਹੋਣਾ ਗਾਂਧੀ ਗੜ੍ਹ ਦੇ ਭੀੜ ਰੋਕ ਕੇ ਗਰਾਊਂਡ ਦੇ ਵਿੱਚ ਲਿਆ ਜਾਣ ਕਦੇ ਭੀੜ ਰੋਕ ਕੇ। ਹਾਂਜੀ ਭਾਜੀ ਜੀ ਰੂਮੀ ਦੀ ਟੀਮ ਨੂੰ ਅਸੀਂ ਮਾਈ ਦਿੱਤੀ ਸੀ ਪਰ ਸਾਡੇ ਕੋਲ ਵੀ ਟੀਮ ਪੁੱਜ ਗਈ ਸੀ, ਟੀਮ ਪੁੱਜ ਗਈ ਰੌਂਦੇ ਦੀ। ਰੂਮੀ ਦੇ ਰੌਂਦੇ ਦਾ ਮੈਚ ਹੈ ਵੀ ਤਿਆਰੀ ਕਰਕੇ ਆ ਜਾਣਾ ਰੂਮੀ ਦੇ ਰੌਂਦੇ ਦਾ। ਗਾਜੀਆਂ ਦੇ ਕਿੱਥੇ ਆ ਗਾਜੀਆਂ ਦੇ ਪੀੜ ਰੋਕ ਕੇ ਦੋਨੇ ਟੀਮਾਂ ਆ ਗਈਆਂ ਪਰ ਨਾਲ ਹੀ ਗਹਿਰਾ ਤੇ ਵੀਰਗੜ੍ਹ ਦੋਨੇ ਟੀਮਾਂ ਜਲਦੀ ਨਾਲ ਆ ਜਾਣਾ ਮੈਚ ਤਿਆਰ ਕੇ ਸਾਡਾ ਮਿਹਰਬਾਨੀ। ਕਿਰਪਾ ਕਰਕੇ ਜੇ ਤੇ ਹੁਣ ਨਮਸਕਾਰ ਦਿੰਦੇ ਹਾਂ।
ਸਰਦੂਰ ਸਿੰਘ ਦੋਸ਼ੀ ਕਰਦਾ ਹੈ ਪਤਾ ਵੀ ਬੜਾ ਹੁੰਦੀ ਭਾਈ ਦਿਲਜੀਤ ਨੂੰ ਅਪੀਲ ਹੈ ਜਿਹੜਾ ਸਾਡੇ ਵੀ ਰੈਫਰੀ ਕਰ ਰਿਹਾ ਸਾਡੇ ਵੀ ਨੈਟ ਨਾਲ ਬੜਾ ਦੋਨੋਂ ਭਾਈ ਥੋੜ੍ਹਾ ਜਿਹਾ ਸੱਜਾ ਤੋਂ ਗੁੱਸੇ ਨੂੰ ਕੇ ਫੜ ਜਾਏ ਗੁਰੂ ਭਾਈ ਕਿਉਂਕਿ ਉਹ ਸਾਡੀ ਕੱਲ੍ਹ ਨੂੰ ਹਦਾਇਤ ਆਉਂਦੀ ਹੈ ਵੀ ਸਾਨੂੰ ਕਬੱਡੀ ਪਾਉਂਦਾ ਤਾਂ ਵੀ ਨਹੀਂ ਦਿਸਦਾ ਜਦੋਂ ਪੱਥਰ ਡੇਕਦਾ ਸਾਡੀ ਬੇਨਤੀ ਹੈ ਵੀ ਥੋੜ੍ਹਾ ਜਿਹਾ ਪਿੱਛੇ ਨੂੰ ਕੇ ਫੜ ਜਾਏਗਾ ਰੈਫਰੀ ਸਾਹਿਬ ਹਾਂਜੀ ਸਮਾਨ ਮੈਂ ਜਮੀਨ ਸਿੰਘ ਗੁਰੂ
ਆਪਣਾ ਪੰਚਾਇਤ ਮੈਂਬਰ ਸਮਾਨ ਕਰ ਰਹੇ ਹਾਂ।
ਅਸੀਂ ਭਾਗੇ ਨੂੰ ਸਨਮਾਨ ਚਿੰਨ ਦੇਣ ਜਾ ਰਹੇ ਹਾਂ। ਭਾਨੀ ਕਮੇਟੀ ਦਾ ਮੈਂਬਰ ਬਲਵਿੰਦਰ ਸਿੰਘ ਧਾਲੀਵਾਲ, ਮੰਦਰ ਨੇ ਕਬੱਡੀ ਪਾਈ ਹੈ ਤੇ ਬਹੁਤ ਹੀ ਸੋਹਣਾ ਕਬੱਡੀ ਟੀਮ ਨੇ ਹਿੱਸੇ ਜੁੜ ਗਿਆ। ਮੰਦਰ ਕਹਿਣਾ ਪਿੰਡ ਵਾਲਾ ਸ਼ਿੰਦੇ ਦਾ ਵੀਰ ਹੈ ਕਿਉਂਕਿ ਸ਼ਿੰਦਾ ਕੈਨੇਡਾ ਵੀ ਖੇਡਿਆ, ਇੰਗਲੈਂਡ ਵੀ ਖੇਡਿਆ, ਇੰਗਲੈਂਡ ਤੋਂ ਵੀ ਦਵਾਦਾ ਕੀਤਾ ਸ਼ਿੰਦੇ ਨੇ, ਪਰ ਸ਼ਿੰਦੇ ਦਾ ਵੀਰ ਮੰਦਰ ਬਹੁਤ ਹੀ ਸੋਹਣਾ ਤਾਵੀ ਹੈ, ਤਾਵੀ ਰੋਜ਼ਾ ਦਾ ਵੀਰ ਕਬੱਡੀ ਆਹ
ਹਿੰਮਤ ਬਰਾਏ ਤੇ ਰਸੀਦ ਇਹ ਵੀ ਦੋਨੇ ਟੀਮਾਂ ਜਲਦੀ ਨਾਲ ਆ ਜਾਣ ਹਿੰਮਤ ਬਰਾ ਤੇ ਰਸੀਦ ਜਲਦੀ ਨਾਲ ਆ ਜਾਣ ਦੋਨੇ ਟੀਮਾਂ ਰੁਮੀ ਦੇ ਰੋਂਦਾ ਅਗਲਾ ਮੈਚ ਹੋਣਾ ਜੰਡਸਰ ਸਾਹਿਬ ਦੇ ਦੀਨੇ ਸਾਹਿਬ ਦਾ ਹਿੰਮਤ ਬਰਾਏ ਤੇ ਰਸੀਦ ਦੋਨੇ ਟੀਮਾਂ ਜਲਦੀ ਨਾਲ ਆ ਜਾਣ ਸਿੰਘ ਸਿੱਧੂ ਉਹਨਾਂ ਦਾ ਲੜਕਾ ਜਾਣਾ ਖੜਾ ਇੱਥੇ
ਜੀ ਬਾਬਾ ਸਾਹਿਬ ਜੀ ਮੰਨ ਲਓ ਅਸੀਂ ਕਮੇਟੀ ਵੱਲੋਂ ਸਮਾਨ ਦਾ ਨੇੜੇ ਆ ਰਹੇ ਹਾਂ ਬਾਬਾ ਸਾਹਿਬ ਜੀ ਮੰਨ ਲਓ ਉਹਨਾਂ ਦੇ ਲੜਕੇ ਨੂੰ ਸਮਾਨ ਦੇਣ ਜਾ ਰਹੇ ਹਾਂ
ਮਗਰ ਸਿੰਘ ਜੀ
ਸਿੱਧੂ ਬਾਬੇ ਨੱਥੇਗਾ ਪਰਿਵਾਰ ਅਗਲੀਆਂ ਟੀਮਾਂ
ਰਮਤਾ ਤੇ ਰੁਕੀ ਲਾਸਟ ਮੈਚਾ ਕੋ ਪਾਣੀ ਪੈਣਾ ਪਰ ਬਈ ਟਾਂਗਾ ਨੂੰ ਬੋਲਿਆ ਸਰ ਸੁਹਾਗ ਦੇ ਕੇ ਕਰ ਲੈਣਾ ਟਾਂਗਾ ਦੇ ਹੋ ਗਏ ਟਾਂਗਾ ਹਾਂਜੀ ਅਸੀਂ ਪਾਉਣੀਆਂ ਕਹਿਲਾ ਸਟੇਡੀਅਮ ਉਹਨਾਂ ਦੇ ਪਿਤਾ ਭਜਨ ਸਿੰਘ ਜੀ ਦਾ ਸਨਮਾਨ ਕਰਨੇ ਜਾ ਰਹੇ ਆ ਤਾਲੀਵਾਲ
ਸਰਬਜੀਤ ਸਿੰਘ ਸਾਖੀ ਦਾ ਧਾਲੀਵਾਲ, ਉਹ ਵੀ ਆਪਣਾ ਮਾਨ ਸਨਮਾਨ ਦੇ ਜੀ। ਤਰਸੇਰ ਸਿੰਘ ਧਾਲੀਵਾਲ ਨਾਲਾ ਕਿੱਤਿਆ ਕਾਲੇ ਕਾਲੇ ਦਾ ਰਾਜਾ ਡੇਰੀ ਕਬੱਡੀ ਬਾਹਰ ਵੱਲੋਂ ਫਾਈਨਲ ਦੀਆਂ ਟੀਮਾਂ ਉਹ ਵੀ ਆ ਜਾਣ, ਕਬੱਡੀ ਬਾਹਰ ਵੱਲੋਂ ਫਾਈਨਲ ਦੀਆਂ ਟੀਮਾਂ ਅਮਰਜੀਤ ਸਿੰਘ ਧਾਲੀਵਾਲ ਜਿੱਤਾ ਚੰਡੂਗਾ ਅਮਰਜੀਤ ਸਿੰਘ ਧਾਲੀਵਾਲ ਭਗਤਪ੍ਰੀਤ ਸਿੰਘ ਧਾਲੀਵਾਲ ਅਮਰਜੀਤ ਸਿੰਘ ਦਾ ਲੜਕਾ ਜੀ ਇਹ ਰਮਨ ਸਿੰਘ ਦਾ ਸਟੂਡੀਓ ਮਾਸੀ ਕੇ ਸਰਪੰਚ ਜਗਸੀਰ ਸਿੰਘ ਜੀ ਪਾਲੀਆ ਦਾ ਲੜਕਾ ਹੈ, ਮਾਨ ਸਨਮਾਨ ਹੈ ਜੀ। ਸਰਪੰਚ ਜਗਸੀਰ ਸਿੰਘ ਪ੍ਰਕਾਸ਼ ਸਿੰਘ ਧਾਲੀਵਾਲ ਧਾਲੀਵਾਲ ਪ੍ਰਕਾਸ਼ ਸਿੰਘ, ਜੇ ਕੋਈ ਉਹਨਾਂ ਦਾ ਪਰਿਵਾਰ ਦਾ ਮੈਂਬਰ ਆਇਆ ਉਹ ਆਪਣਾ ਮਾਨ ਸਨਮਾਨ ਦੇ ਜੀ। ਰੁਮੀ ਰੋਣਕ ਰਾਜ ਜੀ ਵੀਰੇ ਹਿੰਮਤਪੁਰ ਜੇ ਤੋਂ ਆ ਰੁਮੀ ਦੇ ਰੌਣ ਦਾ ਜੋ ਵੀਰੇ ਨਾਲ ਹੀ ਫਾਈਨਲ ਦੀ ਟੀਮ ਦੇ ਆਣੇ ਵਾਲਾ ਸਰਪੰਚ ਨਵੇਂ ਮਾਚੀ ਗਏ ਸੀਤਾ ਕਹਿ ਕਿੰਨੇ ਕਰ ਬਲਵੀਰ ਸਿੰਘ ਬੱਪੂ ਪੋਤਰਾ ਪ੍ਰਕਾਸ਼ ਸਿੰਘ ਧਾਲੀਵਾਲ ਸਰਪੰਚ ਦਵਿੰਦਰ ਸਿੰਘ ਦਵਿੰਦਰ ਬੱਗਾ ਰੂਮੀ ਦੇ ਰੌਣ ਪੂਰੀ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ ਰੂਮੀ ਤੇ ਰੌਣ ਦਾ ਫਾਈਨਲ ਮੈਚ ਬਾਅਦ ਵਿੱਚ ਹੁੰਦਾ ਉਹ ਵੀ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਸਮਾਨ ਦੇ ਰਹੇ ਹਾਂ।
ਮਾਸੀ ਕਹਿੰਦੇ ਪੈਰੇ ਦੇ ਦਰਮਿਆਨ ਅੱਜ ਕਿਲੋ ਦਾ ਫਾਈਨਲ ਮੈਚ ਖੇਡਿਆ ਜਾਣਾ ਤੇ ਦੋਨੇ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਪਹੁੰਚਣਗੀਆਂ। ਉਹ ਜਦੋਂ ਯਾਰ ਵਿਹਲਾ ਹੁੰਦਾ ਉਦੋਂ ਮੈਂ ਕਰ ਲੈਂਦਾ ਗਾ, ਜਦੋਂ ਜਦੋਂ ਮੂਹਰੇ ਖੜੇ ਹੁੰਦੇ ਉਦੋਂ ਇਹਨਾਂ ਕਰਦਾ ਗਾ, ਜ਼ਿਆਦਾ ਪਾਸੇ ਹੋਣ ਫੇਰ ਹੀ ਆ। ਅਸੀਂ ਜਿਹਨਾਂ ਨੂੰ ਸਨਮਾਨ ਦੇਣ ਦਿੱਤੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਉਹਨਾਂ ਨੂੰ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਉਹਨਾਂ ਨੇ ਘਰ ਨੂੰ ਨਹੀਂ ਲੈਣਾ, ਉਹਨਾਂ ਵਾਸਤੇ ਸਪੈਸ਼ਲ ਟੈਂਟ ਵਾਲੀ ਸਟੇਜ ਲਈ ਰਹੇ ਆ, ਉੱਥੇ ਕੁਰਸੀਆਂ ਤੇ ਬੈਠ ਕੇ ਬੜੇ ਆਰਾਮ ਦੇ ਨਾਲ ਮੈਚਾਂ ਦਾ ਆਨੰਦ ਮਾਣਨਾ, ਉਹਨਾਂ ਦੇ ਸਨਮਾਨ ਚ ਲੈ ਕੇ ਘਰ ਨੂੰ ਨਹੀਂ ਲੈਣਾ, ਉਹਨਾਂ ਵਾਸਤੇ ਸਪੈਸ਼ਲ ਸਟੇਜ ਬਣਾਈ ਰਹੇ ਆ, ਕੁਰਸੀਆਂ ਤੇ ਬੈਠ ਕੇ ਮੈਚਾਂ ਦਾ ਆਨੰਦ ਮਾਣਨਾ, ਉਹਨਾਂ ਦੇ ਸਨਮਾਨ ਚੱਲੇ ਨੇ। ਦਸ ਕਿਲੋ ਸਾਈਡਾਂ ਨੋਟ ਕਰ ਲਓ, ਜਿਹੜੀ ਟੀਮ ਰੂਮੀ ਦੀ ਆ ਪਿੰਡ ਵਾਲੇ ਪਾਸੇ ਤੇ ਰੌਂਦੇ ਦੀ ਟੀਮ ਮੇਰੇ ਵੀਰੋ ਦੋ ਨੰਬਰ ਰੌਣ ਵਾਲੀ ਸਾਈਡ ਤੇ ਇਧਰਲੇ ਪਾਸੇ ਜਾਫੀ ਮੇਰੇ ਵੀਰੋ ਕਮਾਲ ਵਾਲੀ ਜਾਂਦਾ ਫੜਿਆ ਹੋਇਆ ਗੁੱਟ ਹੈ ਬੱਜ ਗਈ ਚਾਚੀ ਦਰਸ਼ਕਾਂ ਦੇ ਵਿੱਚ ਐਨ ਹੁੱਲੇ ਹਲਾ ਲਈ ਤੇ ਮਾਸੀ ਕਹਿੰਦੀ ਧਰਤੀ ਕਹਿ ਲਈ ਮੇਰੇ ਵੀਰੋ ਜਵਾਨੀ ਕਰਨਾ ਕਰਦੀ ਹੈ ਤੇ ਖਲਕ ਚ ਘੁੱਬੂ ਬੋਲਿਆ 30 ਸੈਕਿੰਡ ਦਾ ਸਮਾਂ ਬੀਤਿਆ ਤੇ ਪੁਆਇੰਟ ਜਾਫੀ ਦੇ ਕਿੱਸੇ ਜੁੜੇ ਹੈ। ਚੱਲ ਵੀ ਨੌਜਵਾਨ ਹੈ ਆ ਉੱਤਰੂਗਾ ਕਬੱਡੀ ਇਹ ਆਉਂਦਾ ਇਹ ਸਵਾਦ ਪੰਜਾਬੀਆਂ ਨੂੰ ਕਬੱਡੀ ਦੇਖ ਕੇ ਦਰਸ਼ਕ ਮਾਰਦੇ ਨੇ ਤਾੜੀਆਂ ਜਦੋਂ ਕੋਈ ਧਾਵੀ ਪਾਉਂਦਾ ਰੇਲ ਮੱਥਾ ਟੇਕ ਕੇ ਲੱਗ ਜਾਵੇ ਵਧੀਆ ਜਫਾ ਤੇ ਦੁਨੀਆ ਪੈਂਦੀ ਨੱਚ ਮਿੱਤਰੋ ਕਬੱਡੀ ਖੇਡਦੇ ਪੰਜਾਬੀਆਂ ਦੀ ਮਾਂ ਇਹ ਗੱਲ ਸੋਲਾਂ ਦੇ ਸੱਚ ਮਿੱਤਰੋ ਬਾਕੀ ਅੱਜ ਸੋਲਾਂ ਦੇ ਸੱਚ ਹੈ ਮੇਰੇ ਵੀਰੋ ਦੁਨੀਆ ਭਰ ਦੇ ਵਿੱਚ ਖੇਡ ਕਬੱਡੀ ਦਾ ਰਾਜ ਹੈ ਇਹਦੇ ਪਾਸੇ ਉੱਚਾ ਲੰਮਾ ਗੱਭਰੂ ਮੇਰੇ ਵੀਰੋ ਰੂਮੀ ਦੀ ਧਰਤੀ ਦਾ ਦੀਪੂ ਕਬੱਡੀ ਪਾਉਣ ਦੇ ਲਈ ਖੇਡਦੇ ਨਾਲ ਵਿੱਚ ਵਧਿਆ ਹੋਇਆ ਮੇਰੇ ਵੀਰੋ ਚਾਰ ਜਾਫੀਆਂ ਤੇ ਬੋਲਿਆ ਹੋਇਆ ਧਾਵਾ ਇਸ ਨੌਜਵਾਨ ਦਾ ਕਹਿੰਦੇ ਵੀ ਜਨ ਕਬੱਡੀ ਕੱਪ ਕਲੱਬ ਦਾ ਵਾਈਸ ਪ੍ਰਧਾਨ ਹੈ ਮਨ ਰੂਮੀ ਜੀ ਲਾਲੀ ਢੇਸੀ ਕੇ ਇਸ ਮੱਖਣ ਗਾਜੀਪੁਰ ਦਾ ਲੱਖਾਂ ਤੇ ਕਹਿੰਦੇ ਮੇਰੀ ਵੀਰੋ ਨੀਟੂ ਕੰਗ ਵਰਗੇ ਉਸ ਕਲੱਬ ਨੂੰ ਚਲਾ ਰਹੇ ਨੇ ਤੇ ਮਾਨੇ ਦਾ ਗ੍ਰਾਈਂਡ ਸਾਹਮਣੇ ਦੇਖਦੇ ਵੀ ਐਨ ਹੁੱਲੇ ਹਲਾ ਦੇ ਢੇਰੀ ਅੰਦਰ ਟੱਕਰ ਤਰਸੇਵ ਤੇ ਜੱਸੀ ਗਲ ਗਲ ਕੇ ਫੈਸਲਾ ਕਰਦੇ ਕਿ ਪੁਆਇੰਟ ਧਾਵੀ ਦੇ ਹਿੱਸੇ ਜੁੜੇ ਹੈ। ਚੱਲ ਵੀ ਨੌਜਵਾਨ ਹੈ ਆਹ ਉਤਰੂਆ ਕਬੱਡੀ ਮੌਕੇ ਦੀ ਧਰਤੀ ਦਾ ਗੱਭਰੂ ਮੇਰੇ ਵੀਰੋ ਅਗਲੀ ਕਬੱਡੀ ਰੂਮੀ ਦੀ ਧਰਤੀ ਦਾ ਗੱਭਰੂ ਮੇਰੇ ਵੀਰੋ ਫਿਰ ਪਾਉਣ ਦੇ ਲਈ ਖੇਡ ਦੇ ਨਾਲ ਵਿੱਚ ਵਧੇ ਹੋਏ ਆ ਕਹਿੰਦੇ ਵੀ ਖੀਰਾ ਵਾਲੀ ਸਿੱਧੀ ਵਾਂਗੂ ਟੱਚ ਆਉਣ ਦੀ ਕੋਸ਼ਿਸ਼ ਕੀਤੀ ਇਸ ਨੌਜਵਾਨ ਧਾਵੀ ਨੇ। ਹੁਣ ਦੇਖਣਾ ਵੀ ਇੱਕ ਪਾਸੇ ਜੰਗੀ ਗਿਆਨੀ ਵਰਗੇ ਬੀਤੇ ਵਰਗੇ ਸੁਪਰ ਸਟਾਰਾਂ ਦੀ ਗੱਲ ਹੈ ਬਾਅਦ ਸੁਣਿਆ ਨਹੀਂ ਤਾਂ ਵੀ ਸੱਚੇ ਰਹੀਆਂ ਪੈਂਦੀ ਹੋਈ ਕਬੱਡੀ ਖੇਡ ਕਬੱਡੀ
ਮੁੜ ਤੋਂ ਪੰਜਾਬੀਆਂ ਦੀ ਮੇਰੀ ਵੀਰੋ ਜਾਨ ਬਣੀ ਜਾਂਦੀ ਹੈ ਜਦ ਵੀ ਨੌਜਵਾਨ ਆ ਸੋਹਣੇ ਕਬੱਡੀ ਰੂਮੀ ਦੀ ਧਰਤੀ ਦਾ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ
ਆਉਣ ਦੇ ਲਈ ਖੇਡ ਦੇ ਮੈਦਾਨ ਵਿੱਚ ਬੱਸੀਆਂ ਕਮਾਲਪੁਰ ਰੂਮੀ ਮੇਰੇ ਵੀਰੋ ਖੇਡ ਦੇ ਮੈਦਾਨਾਂ ਦੀ ਗੱਲ ਹੋਵੇ ਹਾਕੀ ਦੀ ਹੋਵੇ ਕਬੱਡੀ ਦੀ ਹੋਵੇ ਦੁਨੀਆ ਜਿਹੜੇ ਬਸੇ ਇਧਰਲੇ ਪਾਸੇ ਵੇਖਦਾ ਵੀ ਦੀਪੂ ਰੂਮੀ ਪਿੰਡ ਆਪਣੀ ਟੀਮ ਦੇ ਲਈ ਜਦ ਵੀ ਲੱਖੀ ਸਿਆਹ ਨੌਜਵਾਨ ਹੈ ਪਾ ਕਬੱਡੀ ਚੰਗਾ ਪਿੰਡ ਅਸੀਂ ਨੌਜਵਾਨ ਦਾ ਕਿ ਬਦਲ ਦੇ ਸਮੇਂ ਦੇ ਨਾਲ ਲੋਕੋ ਸਾਡੀ ਮਾਂ ਖੇਡ ਦੇ ਕੀਤੀਆਂ ਤਰੱਕੀਆਂ ਦੀ ਦਿੱਤਾ ਹਲਾਰਾ ਇਹਨੂੰ ਇਹਦੇ ਆਸਰਾ ਨੇ ਜਿੰਨਾ ਪ੍ਰੀਤਾਂ ਇਹਦੇ ਨਾਲ ਰੱਖੀਆਂ ਜੀ ਕਦੇ ਕਬੱਡੀ ਇਕੱਲੇ ਪੰਜਾਬ ਦੀ ਸੀ ਅੱਜ ਕੁੱਲ ਦੁਨੀਆ ਦੇ ਖੇਡ ਹੁੰਦੀ ਕਦੇ ਲੱਗਦੇ ਨੇ ਜੱਫੇ ਸਾਊਥ ਹਾਲ ਅੰਦਰ ਕਦੇ ਟਾਂਟੋ ਚ ਬਣੀ ਧਾਮੀ ਦੀ ਰੇਲ ਹੁੰਦੀ ਅਗਲੀ ਕਬੱਡੀ ਪਾਉਣ ਦੇ ਲਈ ਰੌਂਦੇ ਦੀ ਧਰਤੀ ਲੱਗਾ ਨੂੰ ਮੇਰੇ ਵੀਰੋ ਫਿਰ ਪਾਉਣ ਦੇ ਲਈ ਵਧੇ ਹੋਇਆ ਜਿੱਥੋਂ ਦਾ ਜੀਤਾ ਵੀ ਕਹਿੰਦੇ ਤਾਂ ਖੇਡੇ ਕਬੱਡੀ ਗੱਲ ਪਹੁੰਚੀ ਦੇ ਹੋਵੇ ਜਿੰਨੇ ਦੀ ਹੋਵੇ ਦੁਨੀਆਂ ਦੇ ਸੁਪਰ ਸਟਾਰ ਪੈਦ ਕਿਤੇ ਉਸ ਧਰਤੀ ਨੇ ਪਹਿਲੇ ਪਾਸੇ ਦੇਖਣਾ ਵੀ ਕਰੋ ਮੇਰੇ ਵੀਰੋ ਰਾਜੀ ਦੇ ਕੁਛ ਦੇ ਸਮਾਏ ਰੌਂਦੇ ਵਾਲਾ ਆਪਣੀ ਟੀਮ ਦੇ ਹਿੱਸੇ ਜੋੜ ਰਿਹਾ ਤੇ ਮੈਚ ਸਮਾਪਤ ਹੈ ਚਲਦੇ ਮੈਚ ਦੇ ਵਿੱਚੋਂ ਰੌਂਦੇ ਦੀ ਟੀਮ ਜਿੱਤ ਗਈ ਜੀ ਕਰਨੇ ਵੀ ਨੋਟ ਕਰ ਲਿਆ ਅਸੀਂ ਖਿਡਾਰੀ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਜੇ ਕਿਸੇ ਖਿਡਾਰੀ ਨੇ ਇੱਥੇ ਰਹਿਣਾ ਉਹ ਸਾਨੂੰ ਨਾਂ ਲਿਖਾ ਦਿਓ ਵੀ ਕਿੰਨੇ ਜਾਣੇ ਆ ਕਿਹੜੇ ਪਿੰਡ ਦੇ ਆ ਤਾਂ ਕਿ ਅਸੀਂ ਉਹਨਾਂ ਦਾ ਰਹਿਣ ਬਾਰੇ ਪ੍ਰਬੰਧ ਕਰ ਸਕੀਏ ਕਿਰਪਾ ਕਰਕੇ ਖਿਡਾਰੀ ਦੀ ਨੋਟ ਕਰਨ ਜਿਨ੍ਹਾਂ ਨੇ ਰਾਤ ਨੂੰ ਰਹਿਣਾ ਉਹ ਸਾਨੂੰ ਆਪਦੇ ਖਿਡਾਰੀਆਂ ਦੇ ਨਾਂ ਦੱਸ ਦੇਣ ਕਿੰਨੇ ਕਿੰਨੇ ਖਿਡਾਰੀ ਰਹਿਣਗੇ ਇੱਥੇ ਪਿੰਡ ਦਾ ਨਾਂ ਸਾਨੂੰ ਨੋਟ ਕਰਵਾ ਦੇਣਾ ਤਾਂ ਕਿ ਉਹਨਾਂ ਨਾਲ ਪ੍ਰਬੰਧ ਰਹਿਣ ਬਾਰੇ ਕਰ ਸਕੀਏ ਕਹਿਰੇ ਤੇ ਮਾਸੀ ਕਹਿੰਦੇ ਦਰਮਿਆਨ 62 ਕਿਲੋ ਦਾ ਬੜਾ ਤਕੜਾ ਮੈਚ ਲੱਗਣਾ ਤੇ ਕਹਿਰੇ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਪੁੱਜ ਗਈ ਹੈ ਮੇਰੀ ਬੇਨਤੀ ਹੈ ਕਿ ਮਾਸੀ ਕਹਿੰਦੀ ਟੀਮ ਵੀ ਜਲਦੀ ਨਾਲ ਖੇਡ ਦੇ ਮੈਦਾਨ ਵਿੱਚ ਪੁੱਜੇ ਬਾਕੀ ਦਰਸ਼ਕ ਤਾਲ ਦੇ ਬੈਠੇ ਨੇ ਖੇਡ ਦਾ ਮੈਚ ਆ ਮੇਰੇ ਵੀਰੋ ਆਪਣੇ ਗਰਾਈਆਂ ਦਾ ਦੇਖਣਾ ਮੇਜ਼ਬਾਨ ਟੀਮ ਮਾਸੀ ਕਹਿੰਦੀ ਟੀਮ ਨੂੰ ਮੇਰੀ ਬੇਨਤੀ ਹੈ ਵੀ ਉਹ ਜਲਦੀ ਨਾਲ ਖੇਡ ਦੇ ਮੈਦਾਨ ਵਿੱਚ ਆਵੇ ਬੜਾ ਵਧੀਆ ਮੈਚ ਲੱਗਣਾ ਇੱਕ ਪਾਸੇ ਕਹਿੰਦੇ ਵੀ ਟੌਪ ਦਾ ਖਿਡਾਰੀ ਥੋੜਾ ਖੇਡਦਾ ਮੇਰੇ ਵੀਰੋ 62 ਕਿਲੋ ਦੇ ਵਿੱਚ ਕੋਰਟ ਪਿੰਡ ਦਾ ਕਹਿੰਦੇ ਵੀ ਟੀਮ ਦੇ ਲਈ ਉੱਥੇ ਮੇਰੇ ਵੀਰੋ ਲੱਲੀਆਂ ਵਾਲਾ ਖੇਡਦੇ ਆ ਮਾਸੀ ਕਹਿੰਦੀ ਟੀਮ ਦੇ ਵਿੱਚ ਬੱਲੇ ਬੱਲੇ ਹੋਣੀ ਹੈ ਟੱਕਰ ਪੈਗੀ ਸ਼ੇਰਾਂ ਦੀ ਫੜ ਕੇ ਵੇਖੋ ਕੋਈ ਜਵਾਨਾਂ ਤਾਂ ਕੋਈ ਉਹ ਚੱਕਣਗੇ ਜਿਨ੍ਹਾਂ ਦੇ ਟੌਲਿਆਂ ਪੱਟਾਂ ਦੇ ਵਿੱਚ ਜਾਣਾ ਬਾਕੀ ਮੇਰੇ ਵੀਰੋ ਕਬੱਡੀ ਜਾਨ ਦੀ ਹੈ ਫੁਰਤੀ ਦੀ ਹੈ ਚੁਸਤੀ ਦੀ ਹੈ ਬਾਕੀ ਨਜ਼ਾਰਾ ਵੱਖਰਾ ਇਹਨਾਂ ਖੇਡ ਦੇ ਮੈਦਾਨਾਂ ਵਿੱਚ ਦੇਖਣ ਨੂੰ ਮਿਲਦਾ ਹੈ ਧੰਨਵਾਦ ਕਰਦੇ ਹਾਂ ਵਿਸ਼ੇਸ਼ ਤੌਰ ਤੇ ਨਗਰ ਖੇਡੇ ਦਾ ਸਮੁੱਚੀ ਕਮੇਟੀ ਦਾ ਮੇਰੇ ਵੀਰੋ ਕਰਨੇ ਵਰਗੇ ਸੇਵੇ ਹੋਣ ਨੇ ਦੁੱਗਣੀ ਮਿਹਨਤ ਕੀਤੀ ਦਿਨ ਪਰ ਰਾਤ ਤੇ ਦੁਨੀਆਂ ਦੇ ਕੱਲ ਨੂੰ ਇਸੇ ਧਰਤੀ ਤੇ ਮੇਰੇ ਵੀਰੋ ਦੁਨੀਆਂ ਦੇ ਸੁਪਰ ਸਟਾਰ ਨੇ ਪੁੱਜਣਾ ਅੱਜ 62 ਕਿਲੋ ਤੇ 75 ਕਿਲੋ ਦੀ ਵੀ ਆਲਾ ਦਰਜੇ ਦੇ ਮੇਰੇ ਵੀਰੋ ਗਰਾਊਂਡ ਤੇ ਖੜੇ ਕਰਨ ਵਾਲੀ ਗੱਲ ਹੈ ਤਕੜੇ ਮੈਚ ਖੇਡ ਰਹੇ ਨੇ ਮਾਸੀ ਕਹਿੰਦੀ ਟੀਮ ਜਲਦੀ ਨਾਲ ਗਰਾਊਂਡ ਦੇ ਵਿੱਚ ਪੁੱਜੇ ਮਾਸੀ ਕਹਿੰਦੀ ਹਾਂ
ਇੱਥੇ ਵੀ ਦੋਨੇ ਟੀਮਾਂ ਪਹੁੰਚੀਆਂ ਨੇ ਲੈਣਾ ਪਹੁੰਚਣ ਸਾਡੇ ਅੱਜ ਦੇ ਮੁੱਖ ਮਹਿਮਾਨ ਜਿਨ੍ਹਾਂ ਨੇ ਦਿਲ ਪਰਨਾ ਤਮੀਜ਼ ਕੀਤੀ ਸਾਡੇ ਪ੍ਰਬੰਧਕ ਵੀਰਾਂ ਨੇ ਇਹਨਾਂ ਖਿਡਾਰੀਆਂ ਦਾ ਜਾਨ ਪਹਿਚਾਣ ਅਸ਼ੀਰਵਾਦ ਲੈਣਾ ਹੈ ਤੇ ਬੈਸਟ ਰੇਟਰ ਕੱਢਿਆ ਜਾਣਾ ਤੇ 11,000 ਰੁਪਏ ਪਲੱਸ ਟਰਾਫੀ ਦੇ ਨਾਲ 1100 ਰੁਪਏ ਦੇ ਨਾਲ ਤੇ ਟਰਾਫੀ ਦੇ ਨਾਲ ਮਾਨ ਸਨਮਾਨ ਕੀਤੇ ਜਾਣੇ ਉਸ ਨੌਜਵਾਨ ਦੇ ਬਾਕੀ ਟੌਪ ਦਾ ਮੁਕਾਬਲਾ ਲੱਗਣਾ ਹੈ ਦਰਸ਼ਕ ਵੀਰੋ ਦੋ ਟੀਮਾਂ ਫਾਈਨਲ 'ਚ ਪਹੁੰਚੀਆਂ ਮਾਸੀ ਕੇ ਸੈਮੀ ਤੇ ਫਾਈਨਲ ਦੇ ਵਿੱਚੋਂ ਸਕੋਰ ਲਿਖੇ ਹੋਏ ਆ ਸੈਮੀ ਫਾਈਨਲ ਤੇ ਤੇ ਫਾਈਨਲ ਦੇ ਵਿੱਚੋਂ ਵੀ ਪੁਆਇੰਟ ਗਿਣਕੇ ਬੈਸਟ ਜਾਫੀ ਤੇ ਬੈਸਟ ਰੇਟਰ ਕੱਢਿਆ ਜਾਣਾ ਹੈ 1100 ਰੁਪਇਆ ਤੇ ਹਰ ਟਰਾਫੀ ਦੇ ਵੱਡੇ ਮਾਨ ਸਨਮਾਨ ਕੀਤੇ ਜਾਣੇ ਹੈ ਕਰੇ ਇਹ ਬਲਾਈ ਦੇ ਪਾਤਰਾ ਬਹੁਤ ਬਹੁਤ
ਹਾਂਜੀ ਅਸੀਂ ਤਰਸੇਮ ਸਿੰਘ ਸੁਨਾਮ ਨੂੰ ਬੇਨਤੀ ਕਰਦੇ ਹਾਂ ਕਿ ਨਿਰਪੱਖ ਹੋ ਕੇ ਇਹ ਮੈਚ ਲਵਾਉਣਾ ਤੁਸੀਂ ਜੇ ਸਾਨੂੰ ਪਤਾ ਲੱਗ ਗਿਆ ਵੀ ਇੰਡੀਆ ਰਲੀਆਂ ਹੋਈਆਂ ਸਾਨੂੰ ਕੱਟ ਦੇਣੀਆਂ ਨਾਲ ਨਾਲ ਗੁਲਾਮ ਨੇ ਕਬੱਡੀ ਨੂੰ ਪਿਆਰ ਕਰਦੇ ਹੋ ਦੋ ਟੀਮਾਂ ਗੁੱਜੀਆਂ ਤੇ ਜੋਰਦਾਰ ਤਾੜੀ ਮਾਰੋ ਸੱਚੇ ਪਾਤਸ਼ਾਹ ਵੀਰ ਵੀਰ ਇਸ ਤਰ੍ਹਾਂ ਮੇਲੇ ਲੱਗਦੇ ਨੇ ਕਬੱਡੀਆਂ ਪੈਂਦੀਆਂ ਨੇ ਜੱਥੇ ਲੱਗਦੇ ਨੇ ਤਾਂ ਕਿ ਪੰਜਾਬੀ ਨੂੰ ਸਵਾਦ ਆਉਂਦਾ ਰਹੇ ਬੜਾ ਤਕੜਾ ਮੈਚ ਖੇਡਿਆ ਜਾਣਾ ਮੇਰੀ ਵੀ ਉਹ ਪਿੰਡ ਵਾਲੇ ਪਾਸੇ ਕੈਰਨ ਦੀ ਟੀਮ ਆ ਜਿਹੜੇ ਬਰਾਲੇ ਦੀ ਤੇ ਦੂਸਰੇ ਪਾਸੇ ਮੋਗੇ ਦੀ ਟੀਮ ਜੰਪਲ ਇੱਥੋਂ ਦੇ ਹੋਈ ਗਈ ਗੱਲ ਹੋਣੀ ਆ ਮਾਸੀ ਕਹਿੰਦੀ ਗੱਲ ਜਮਾਲ ਮਾਸੀ ਕਹਿੰਦੀ ਕਰੀਏ ਤੇ ਦੁਨੀਆ ਭਰ ਦੇ ਵਿੱਚ ਫੇਮਸ ਹੈ ਦੂਸਰੇ ਪਾਸੇ ਗੰਦੀ ਵੀ ਕਹਿੰਦੇ ਕਮਾਲੇ ਕਲਿੰਗ ਦੀ ਧਰਤੀ ਦੇ ਵੈਸਟਰੇਆ ਫਿਰ ਫਿਰੂਏ ਦੀ ਧਰਤੀ ਦੇ ਵੈਸਟਰੇਟਰ ਮੰਨਿਆ ਗਿਆ ਗੰਦੀ ਕਹਿਰੇ ਪਿੰਡ ਦਾ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਵਿੱਚ ਵਧੇ ਹੋਏ ਚਾਰ ਜਾਫੀ ਪਿਆਰ ਨੇ ਉਧਰਲੇ ਪਾਸੇ ਦੇਖਣ ਲਈ ਸਿਮਰਾ ਹੁਣ ਦੇਖਦਾ ਵੀ ਟੱਕ ਪਾਊ ਕਿ ਨਹੀਂ ਮਿਲੋ ਟੱਕ ਫੜੋਗੇ ਔਰ ਮੈਂ ਟੈਕਨੀਕਲ ਪੁਆਇੰਟ ਦੇ ਵੀਡੀਓ ਕਹਿੰਦੇ ਕਿ ਗੰਦੀ ਨੇ ਆਪਣੀ ਟੀਮ ਦੇ ਹਿੱਸੇ ਜੋੜਦਾ ਚੱਲ ਵੀ ਨੌਜਵਾਨ ਹੈ ਪਾਰ ਸੋਹਣੇ ਕਬੱਡੀ ਅਗਲੀ ਕਬੱਡੀ ਮੇਰੇ ਵੀਰੋ ਲੰਡਨ ਦੀ ਧਰਤੀ ਦਾ ਸੰਦੀਪ ਦੀ ਸਾਲ ਪੂਰੀ ਦੁਨੀਆ ਦੇ ਵਿੱਚ ਫੇਮਸ ਹੋਈ ਉਸੇ ਪਿੰਡ ਦਾ ਹੁਣ ਵੇਖਦਾ ਵੀ ਕਬੱਡੀ ਪਾਉਣ ਦੇ ਲਈ ਸਰਦਾਰ ਦੇਸ਼ਵਾਲ ਸਿੰਘ ਦਾ ਮੇਰੇ ਵੀਰੋ ਅੱਖ ਦਾ ਵਾਸ ਕਬੱਡੀ ਪਾਉਣ ਦੇ ਲਈ ਬੱਲੇ ਬੱਲੇ ਖੜੀ ਕਰਦਾ ਕੁਆਟਰ ਦੀ ਟੀਮ ਦੇ ਹਿੱਸੇ ਜੋੜਦਾ ਚੱਲ ਵੀ ਕੰਗੀ ਹੋ ਜਾਂਦਾ ਪਾ ਕਬੱਡੀ ਆਵੇ ਆ ਇਹਨਾਂ ਮਾਸ਼ੀਆਂ ਟੀਮ ਦਾ ਡੇਰਾ ਮਾਰ ਬੜਾ ਲੱਗਾ ਅਪਾਰ ਸਿੰਘ ਤਾਰਾ ਦੇ ਨਾਲ ਪੰਚਾਇਤ ਮੈਂਬਰ ਇਹਨਾਂ ਨੂੰ 100 ਰੁਪਇਆ ਨਾਮ ਦਿੰਦੇ ਆ ਚੱਕ ਭਾਈਕਾ ਦੇ ਧਨੌਲਾ ਇਹ ਵੀ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਚੱਕ ਭਾਈਕਾ ਦੇ ਧਨੌਲਾ ਤੇ ਗਰਮੀ ਦੇ ਪਈ ਹਾਰਦੀਆਂ ਧੁੱਪਾਂ ਜੇ ਤੂੰ ਪਿੰਡੇ ਤੇ ਹਟਾਵੇਂਗਾ
ਹੱਥੀ ਕਰਨੀਆਂ ਦੁਨੀਆਂ ਦੇ ਸਾਨਾ ਬਹੁਤ ਨੇ, ਹਰ ਮੈਦਾਨ ਵਿੱਚ ਪੈਰਾਂ ਤੇ ਮੁੜ ਕੇ ਦਾ ਮੁੱਲ, ਪੰਜਾਬੀਆਂ ਦੇ ਦਿਲਾਂ ਵਿੱਚ ਥਾਣਾ ਬਹੁਤ ਨੇ, ਚਿੱਤਰਾ ਕੇ ਬੱਸਾਂ ਵਾਲੀਆਂ ਜੋ ਖੇਡਦਾ ਕਬੱਡੀ, ਬਈ ਕਾਮਯਾਬੀ ਦੀਆਂ ਉਹਦੇ ਅੱਗੇ ਗਰਾਮਾਂ ਬਹੁਤ ਨੇ, ਤੇ ਕਾਮਯਾਬੀ ਦੀਆਂ ਉਹਦੇ ਗਰਾਮਾਂ ਬਹੁਤ ਨੇ, ਜਿਹੜੇ ਮਿਹਨਤਾਂ ਕਰਦੇ ਨੇ ਮੇਰੀ ਵੀਰੋ, ਖਰਾਕਾ ਖਾਂਦੇ ਨੇ ਉਹਨਾਂ ਦਾ ਨਾਂ ਮੇਰੀ ਵੀਰੋ, ਮੁੰਡੀ ਅੰਮ੍ਰਿਤ ਜੜਦੀ ਹੈ ਇਧਰੇ ਪਾਸੇ ਦੇਖਦਾ ਵੀ ਲੰਘਾ ਵਾਲਾ ਪੰਮਾ। ਹਾਂਜੀ, ਸਾਨੂੰ ਉਹਨਾਂ ਦੇ ਚਾਚਾ ਜੀ ਜੰਤ ਸਿੰਘ ਮੇਰੇ ਵੀਰੋ ਡੱਕ ਪਾਓ ਮੇਰੇ ਵੀਰੋ ਆਹ ਮੇਰੇ ਵੀਰੋ ਮੇਰੇ ਵੀਰੋ
ਜਦ ਵੀ ਨੌਜਵਾਨ ਹੈ ਭਾਰਤ ਵੰਡੀ ਜ਼ਿਲ੍ਹੇ ਜਲੰਧਰ ਨੂੰ ਮਾਣ ਹੈ ਮੇਰੇ ਵੀਰੋ। ਲੱਲੀਆਂ ਦੇ ਸੰਗੀਤ ਤੇ ਉਸੇ ਪਿੰਡ ਦਾ ਜੰਮਲ ਸਰਦਾਰ ਦੇਸ਼ ਰਾਜ ਸਿੰਘ ਦਾ ਪੁੱਤਰ ਮਾਤਾ ਚੰਦੀ ਦੀ ਰੁੱਖ ਦਾ ਵਾਸ ਬੜੀ ਖੜੀ ਕਰਦਾ ਹੈ ਕਿ ਪੁਆਇੰਟ ਮੇਰੀ ਟੀਮ ਦਾ ਪੁਆਇੰਟ ਵਾਸੀ ਗੱਲ ਹਿੱਸੇ ਲੱਖਾਂ ਵਰਗਾ ਪੁਆਇੰਟ ਜੋੜਦਾ ਹੈ। ਬਾਵੇ ਨੌਜਵਾਨਾਂ ਜਿਸ ਨੌਜਵਾਨ ਦੀ ਖੇਡ ਵਧੀਆ ਲੱਗੀ ਤੇ ਬੜੀ ਹੋਰ ਤਾੜੀ ਮਾਰ ਦਿਓ। ਬਾਵੇ ਸੋਨੇ ਆਂਦੇ ਮਾਸ਼ੀਗਾ ਦੇ ਜੋਸ਼ ਟਾਪਰਾ ਸੁਦੀਪ ਸਿੰਘ ਸਿੱਪਾ ਉਹਦੇ ਪੁਆਇੰਟ ਦੇ 200 ਰੁਪਇਆ ਲੱਗ ਗਿਆ ਵੀ ਜੇ ਉਹ ਜਫਾ ਲਾਉਣਗੇ ਤਾਂ ਅਰਦਾਸ ਤਾਲੇ ਵੱਲੋਂ 200 ਰੁਪਇਆ ਇਨਾਮ ਦਿੱਤਾ ਜਾਣਾ ਉਹਨਾਂ ਨੂੰ। 200 ਰੁਪਏ ਦੇ ਮਾਨ ਸਨਮਾਨ ਕੀਤੇ ਜਾਣੇ ਹੈ। ਗੰਗੀ ਜੀ ਕਹਿੰਦੇ ਐ ਗਰਮੀਆਂ ਭਿੱਜਿਆ ਪਿਆ ਨੌਜਵਾਨ ਕਿਉਂਕਿ ਮਿਹਨਤ ਹੈ ਉਸੇ ਦਾ ਫਾਈਨਲ ਮੈਚ ਜਿੱਤਿਆ।
ਤੋਂ ਬਿਰਲਾ ਮਾਰ ਦੋ ਤਾਲੀ ਦਰਸ਼ਕੀ ਹੋ ਕਿਤੇ ਬੈਂਕ ਜਾਫੀ ਹੈ ਦੋ ਸਾਂਝੇ ਜੁੜੇ ਹੋਏ ਨੇ ਮੇਰੇ ਵੀਰੋ ਬੈਂਕ ਜਾਫੀ ਚਾਰ ਚਾਰ ਜੱਫੇ ਨੀਲਾ ਕਹਿਰੇ ਤੇ ਕਮਲ ਮਾਸੀ ਕੇ ਕਮਲ ਜੀ ਨੂੰ ਪਿਆਰ ਨਾਲ ਕਹਿੰਦੇ ਨੇ ਮਾਰ ਦੋ ਤਾਲੀ ਮੇਰੇ ਵੀਰੋ ਵੱਡੇ ਹੌਸਲੇ ਸੇਵਾ ਸਟੇਜ ਤੇ ਆਵੇ ਜਲਦੀ ਸੇਵਾ ਰਵਿੰਦਰ ਰੰਧਾਵਾ ਜੀ ਸਰਦਾਰ ਕਰਨ ਗਰਾਊਂਡ ਦੇ ਵਿੱਚ ਆ ਕੇ ਰਵਿੰਦਰ ਰੰਧਾਵਾ ਜੀ ਸਤਪਾਲ ਜੀ ਯਾਦ ਕਰਦੇ ਹਾਂ ਉਹਨਾਂ ਨੂੰ ਸਰਦਾਰ ਕਰਨ ਗਰਾਊਂਡ ਚ ਆ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਜਿੰਨੇ ਬੱਚੇ 6ਵੀਂ ਤੋਂ ਲੈ ਕੇ 12ਵੀਂ ਕਲਾਸ ਤੱਕ ਪੜ੍ਹਦੇ ਆ ਉਹਨਾਂ ਦੇ ਮਾਪੇ ਈਦ ਦੀ ਗਰਾਉ ਠੀਕ 9 ਵਜੇ ਸਕੂਲ ਦੇ ਵਿੱਚ ਮੀਟਿੰਗ ਰੱਖੀ ਗਈ ਆ ਉਸ ਠੀਕ 9 ਵਜੇ ਸਕੂਲ ਦੇ ਵਿੱਚ ਪਹੁੰਚ ਜਾਣਾ ਈਦ ਦੀ ਗਰਾਉ ਉਹਨਾਂ ਦੇ ਬੱਚੇ ਵੀ ਨਾਲ ਆਉਣਾ ਤੇ ਉਹਨਾਂ ਦੇ ਮਾਪੇ ਵੀ ਨਾਲ ਆਉਣਾ ਈਦ ਦੀ ਗਰਾਉ 9 ਵਜੇ ਸਕੂਲ ਦੇ ਵਿੱਚ ਪਹੁੰਚ ਜਾਣਾ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਦੇ ਬੱਚੇ ਸਾਰੇ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਆਪ ਬੱਚੇ 9 ਵਜੇ ਸਕੂਲ ਦੇ ਵਿੱਚ ਪਹੁੰਚ ਜਾਣ ਦਰਸ਼ਕ ਵੀਰੋ ਸਾਈਡਾਂ ਲੋਡ ਕਰ ਲਓ ਚੱਕ ਭਾਈ ਕੀ ਟੀਮ ਬੀ ਨੰਬਰ ਗਰਾਊਂਡ ਵਾਲੀ ਸਾਈਡ